ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਜਦੋਂ ਵਾਰ ਵਾਰ ਚਰਚਾ ਹੁੰਦੀ ਹੈ ਕਿਸਾਨੀ ਦੇ ਮੁੱਦੇ 'ਤੇ, ਅਤੇ ਕਿਸਾਨ ਕਰਜ਼ ਮਾਫੀ ਦਾ ਮੁੱਦਾ ਵਾਰ ਵਾਰ ਸਿਆਸਤ ਦੇ ਗਲਿਆਰਾਂ ਵਿੱਚ ਬੋਲਦਾ ਹੈਗਾ, ਅਤੇ ਉਦੋਂ ਟੀਵੀ ਡਿਬੇਟਸ ਵਿੱਚ, ਕੁਝ ਕੁ ਟੀਵੀ ਡਿਬੇਟਸ ਵਿੱਚ, ਮੈਂ ਕਹੂੰਗਾ ਇਸ ਨੂੰ ਸਾਰੀਆਂ ਟੀਵੀ ਡਿਬੇਟਸ ਵਿੱਚ ਨਹੀਂ, ਉਹ ਇਹ ਚਰਚਾ ਹੁੰਦੀ ਸੀ 2019 ਵਿੱਚ ਕਿਸਾਨੀ ਮੁੱਦਾ ਬਣ ਸਕਦਾ। ਇਹ ਬਣਿਆ ਹੁਣ ਮੁੱਦਾ, ਇਸ ਦੀ ਤਿਆਰੀ ਕੀਤੀ ਜਾ ਰਹੀ ਹੈਗੀ ਹੈ, ਅਤੇ ਕਾਂਗਰਸ ਕ੍ਰੈਡਿਟ ਲੈ ਰਹੀ ਹੈਗੀ ਹੈ ਕਿ ਅਸੀਂ ਕਰਜ਼ ਮਾਫੀ ਬਾਰੇ ਪਹਿਲਾਂ ਐਲਾਨ ਕੀਤੇ ਸੀ, ਅਤੇ ਹੁਣ ਕੇਂਦਰ ਸਰਕਾਰ ਨੂੰ ਵੀ ਇਸ ਮੁੱਦੇ 'ਤੇ ਅੱਗਾ ਤੁਰਨਾ ਪੈ ਰਿਹਾ ਹੈਗਾ। ਪਰ ਸਵਾਲ ਇਹ ਹੈਗਾ, ਕਾਂਗਰਸ ਨੇ ਐਲਾਨ ਕੀਤੇ ਸੀ ਪਹਿਲਾਂ, ਜਾਂ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਐਲਾਨ ਕੀਤੇ ਸੀ, ਉਹ ਹੁਣ ਤੱਕ ਪੂਰੇ ਨਹੀਂ ਕੀਤੇ, ਇਸ ਬਾਰੇ ਕੋਈ ਕਿਉਂ ਨਹੀਂ ਬੋਲਦਾ ਗਾ। ਅਸੀਂ ਕੁਝ ਸਵਾਲ ਪੁੱਛਾਂਗੇ, ਹੁਣ ਕਿਸਾਨਾਂ ਲਈ ਖੁੱਲ੍ਹੇਗਾ ਖਜ਼ਾਨਾ ਤਾਂ ਕਿਵੇਂ? 4.5 ਸਾਲ ਸੇ ਪ੍ਰਧਾਨ ਮੰਤਰੀ ਹੈ, ਇੱਕ ਰੁਪਿਆ ਕਿਸਾਨ ਕਾ ਕਰਜ਼ਾ ਮਾਫ ਨਹੀਂ ਕੀਆ। ਅੱਜ ਬਹਿਸ ਕਿਉਂ ਕਰ ਰਹੇ ਹਾਂ ਤਾਂ ਦੱਸ ਦਈਏ, ਬਹਿਸ ਕਿਉਂ ਕਰ ਰਹੇ ਹਾਂ। ਕੇਂਦਰ ਵਿੱਚ ਕਿਸਾਨ ਆ ਜਿਹੜਾ ਉਹ ਪਹਿਲੀ ਵਾਰੀ ਆ ਚੁੱਕਿਆ ਹੈਗਾ ਕਿਸਾਨ ਕਰਜ਼ ਮਾਫੀ ਦੇ ਮੁੱਦੇ 'ਤੇ। ਧਰਮਸ਼ਾਲਾ ਵਿੱਚ ਮੋਦੀ ਕਾਂਗਰਸ ਦੇ ਵਰੇ ਆ ਪ੍ਰਧਾਨ ਮੰਤਰੀ, ਉੱਥੇ ਜੈਰਮ ਸਰਕਾਰ ਦੇ 1 ਸਾਲ ਪੂਰਾ ਹੋਣ 'ਤੇ ਗਏ ਸੀਗੇ, ਜਸ਼ਨ ਮਨਾਉਣ ਗਏ ਸੀ, ਅਤੇ ਉੱਥੇ ਕਾਂਗਰਸ ਦੇ ਵਾਰ ਕੀਤੇ ਆ। ਕਿਹਾ ਗਿਆ ਕਿ ਪੰਜਾਬ ਵਿੱਚ ਕਿਸਾਨ ਨੂੰ ਹੁਣ ਤੱਕ ਕੁਝ ਨਹੀਂ ਮਿਲਿਆ, ਇਹ ਪ੍ਰਧਾਨ ਮੰਤਰੀ ਸਭ ਕਹਿ ਰਹੇ ਆ। ਕਰਨਾਟਕ ਵਿੱਚ 800 ਕਿਸਾਨਾਂ ਨੂੰ ਟੋਕਨ ਮਨੀ ਦੇ ਕੇ ਹੱਥ ਖੜ੍ਹੇ ਕੀਤੇ, ਇਹ ਵੀ ਪ੍ਰਧਾਨ ਮੰਤਰੀ ਨੇ ਕਿਹਾ। ਚੋਣ ਜਿੱਤਣ ਲਈ ਮੁਲਕ ਦੇ ਕਿਸਾਨਾਂ ਨੂੰ ਨਵੀਂ ਕਹਾਣੀ ਦੱਸ ਰਿਹਾ ਹੁਣ ਕੇਂਦਰ। ਨਵੇਂ ਸਾਲ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨ ਨੂੰ ਵੱਟੀ ਰਾਹ ਦੇਣ ਦੇ ਚਰਚੇ ਸ਼ੁਰੂ ਹੋ ਗਈ ਹੈ। ਇੱਕ ਬੈਠਕ ਹੋਈ ਹੈ, ਬੈਠਕ ਆ ਜਿਹੜੀ ਤਕਰੀਬਨ ਕਹਿੰਦੇ 2.5-3 ਘੰਟੇ ਚੱਲੀ ਹੈ, ਮੈਰਾਥਨ ਬੈਠਕ ਹੋਈ ਹੈ। ਇਸ ਦੇ ਵਿੱਚ PM ਮੋਦੀ ਨੇ, ਅਮਿਤ ਸ਼ਾਹ ਜਿਹੜੇ ਭਾਜਪਾ ਦੇ ਕੌਮੀ ਪ੍ਰਧਾਨ ਹੈ, ਖਜ਼ਾਨਾ ਮੰਤਰੀ ਅਰੁਣ ਜੇਟਲੀ, ਖੇਤੀਬਾੜੀ ਮੰਤਰੀ ਰਾਧਾ ਮੋਹਨ ਨਾਲ ਇਹ ਬੈਠਕ ਕੀਤੀ ਹੈ। ਅਤੇ ਕੇਂਦਰ ਸਰਕਾਰ ਮੁੱਖ ਤੌਰ 'ਤੇ 3 ਤਜਵੀਜ਼ਾਂ 'ਤੇ ਮੰਥਨ ਕਰ ਰਹੀ ਹੈ। ਇਹ ਮੰਥਨ ਦੇ ਵਿੱਚੋਂ ਨਿਕਲੇਗਾ ਕੀ ਸਾਨੂੰ ਨਹੀਂ ਪਤਾ ਗਾ। ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਝਾਰਖੰਡ ਦੇ ਮਾਡਲ 'ਤੇ ਵਿਚਾਰ ਕੀਤਾ ਜਾ ਰਿਹਾ ਹੈਗਾ। ਇਸ ਵਿਚਾਰ ਦੇ ਵਿਚਾਲੇ ਕਿਸਾਨਾਂ ਲਈ ਕੀ ਨਿਕਲ ਕੇ ਬਾਹਰ ਆਏਗਾ, ਉਸ ਦਾ ਇੰਤਜ਼ਾਰ ਅਸੀਂ ਕਰ ਰਹੇ ਹਾਂ। ਪ੍ਰਧਾਨ ਮੰਤਰੀ ਸਾਹਿਬ ਅੱਜ ਦੀ ਤਰੀਕ ਵਿੱਚ ਕਹਿ ਕੀ ਰਹੀ ਹੈ, ਪਹਿਲਾਂ ਉਹ ਸੁਣ ਲਈਏ। ਦੇਸ਼ ਕੇ ਕਿਸਾਨ, ਭਲਾ ਬੋਲਾ ਕਿਸਾਨ, ਜੋ ਦੇਸ਼ ਕੇ ਲੋਕਾਂ ਦਾ ਪੇਟ ਭਰਨੇ ਕੇ ਲੀਏ ਕੜੀ ਮਿਹਨਤ ਕਰਤਾ ਹੈ, ਅਗਰ ਆਪ ਉਸਕੋ ਕੁਛ ਨਹੀਂ ਦੇ ਸਕਦੇ ਹੈ ਤੋ ਉਸਕੋ ਕਹੀਏ, ਵੋ ਆਪਕੀ ਬਾਤ ਮਾਨੇਗਾ, ਲੇਕਿਨ ਕਿਰਪਾ ਕਰਕੇ ਝੂਠੀ ਬਾਤੇ ਬਤਾ ਕਰਕੇ ਉਸਕੇ ਜੀਵਨ ਕੇ ਸਾਥ ਖਿਲਵਾੜ ਮਤ ਕੀਜੀਏ। ਉਸ ਸਮੇਂ ਕੀਆ, 6 ਲੱਖ ਕਰੋੜ ਕਾ ਕਰਜ਼ ਥਾ, 60,000 ਕਾ ਬਾਤੇ ਕੀ ਔਰ 52,000 ਸੇ ਉੱਪਰ ਦੀਆ ਨਹੀਂ। ਪੰਜਾਬ ਚੁਣਾਵ ਕੇ ਪਹਿਲੇ ਪਤਾ ਨਹੀਂ ਕਿਤਨੇ ਕਿਤਨੇ ਵਾਅਦੇ ਕੀਏ ਥੇ ਕਰਜ਼ ਮਾਫੀ ਕੇ, ਅਬ ਤੱਕ ਪੰਜਾਬ ਕੇ ਕਿਸਾਨੋਂ ਕੋ ਕੁਛ ਨਹੀਂ ਦਿਆ ਗਿਆ। ਥੋੜੇ ਦਿਨ ਪਹਿਲੇ ਕਰਨਾਟਕ ਕਾ ਚੁਣਾਵ ਥਾ, ਵਹਾਂ ਕਰਜ਼ ਮਾਫੀ ਕਾ ਵਾਅਦਾ ਕਰ ਦਿਆ, ਔਰ ਅਬ ਸਿਰਫ 800 ਕਿਸਾਨੋਂ ਕੋ ਟੋਕਨ ਰੁਪਿਆ ਦੇ ਕਰਕੇ ਹੱਥ ਉੱਪਰ ਕਰ ਦੀਏ। ਭਾਈਓ ਬਹਿਨੋ, ਜੋ ਕਾਮ ਕਰ ਨਹੀਂ ਸਕਦੇ ਹੋ, ਆਪਕੋ ਵੀ ਪਤਾ ਹੈ, ਸਿਰਫ ਚੁਣਾਵ ਜਿੱਤਨੇ ਕੇ ਲੀਏ ਦੇਸ਼ ਕੇ ਜਵਾਨ ਕੀ ਆਂਖ ਪੇ ਧੂਲ ਝੋਂਕੋ। ਸਵਾਲ ਵੱਡਾ ਇੱਕੋ ਪੁੱਛਾ ਕੇ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ, ਆਜ਼ਾਦੀ ਤੋਂ ਬਾਅਦ ਚੋਣ ਜਿੱਤਣ ਲਈ ਕਿਸਾਨਾਂ ਨਾਲ ਕਿਉਂ ਹੋਈ ਧੋਖੇ ਵਾਲੀ ਸਿਆਸਤ, ਕਿਸ ਕਿਸ ਨੇ ਕੀਤੀ, ਇਹ ਸਭ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ। ਖਾਸ ਪੈਨਲ ਜਿਹੜਾ ਸਾਡੇ ਨਾਲ ਇੱਥੇ ਮੌਜੂਦ ਹੈ ਸਟੂਡੀਓ ਦੇ ਵਿੱਚ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਡਾਕਟਰ ਗਿਆਨ ਸਿੰਘ, ਐਗਰੋ ਇਕਨੋਮਿਸਟ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣਗੇ। ਇਹਨਾਂ ਨੇ ਬਹੁਤ ਖੋਜਾਂ ਕੀਤੀਆਂ ਹੈਗੀਆਂ, ਇਸ ਕਿਸਾਨੀ ਨੂੰ ਚੰਗੀ ਤਰ੍ਹਾਂ ਸਮਝਿਆ ਹੈਗਾ, ਅਤੇ ਖੇਤੀਬਾੜੀ ਦੇ ਵਿੱਚ ਜਿਹੜੀਆਂ ਸਿਆਸਤ ਹੈ ਉਹ ਕਿਵੇਂ ਧੋਖਾ ਕਰਦੀ ਹੈਗੀ ਆ, ਅਰਥ ਸ਼ਾਸਤਰ ਹੈ ਜਿਹੜਾ ਉਹ ਸਿਆਸਤ ਦਾ ਵੱਖਰੇ ਤੌਰ 'ਤੇ ਕਿਵੇਂ ਤਿਆਰ ਹੁੰਦਾ, ਉਹ ਡਾਕਟਰ ਗਿਆਨ ਸਿੰਘ ਹਰਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਗਿਆਨ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਮਿਹਰਬਾਨੀ ਜੀ। ਰਾਜੀਵ ਗੁਦਾਰਾ, ਸਵਰਾਜ ਇੰਡੀਆ ਨਾਲ ਤਾਲੁਕ ਰੱਖਦੇ ਆ, ਨਾਲ ਖੁਦ ਦੇ ਵਕੀਲ ਵੀ ਹੈਗੇ ਆ। ਰਾਜੀਵ ਗੁਦਾਰਾ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਨੇ ਕਿਸਾਨਾਂ ਦਾ ਇੱਕ ਅੰਦੋਲਨ ਵਿੱਢਿਆ ਸੀਗਾ ਯੁਗਿੰਦਰ ਯਾਦਵ ਹਰਾਂ ਦੀ ਅਗਵਾਈ ਦੇ ਵਿੱਚ, ਇਹ ਖੁਦ ਹਰਿਆਣਾ ਦੀ ਇਕਾਈ ਨੂੰ ਸਾਂਭਦੇ ਹੈਗੇ ਆ, ਅਤੇ ਯੁਗਿੰਦਰ ਯਾਦਵ ਹਰਾਂ ਨੇ ਕਿਹਾ ਸੀਗਾ ਕਿ ਕਿਸਾਨੀ ਇੱਕ ਮੁੱਦਾ ਬਣਨਾ ਚਾਹੀਦਾ ਇਸ ਮੁਲਕ ਦੇ ਵਿੱਚ, ਨਹੀਂ ਤਾਂ ਸਾਡਾ ਦੇਸ਼ ਸੰਕਟ ਦੀ ਸਥਿਤੀ ਵਿੱਚ ਖੜ੍ਹਾ ਹੋ ਜਾਵੇਗਾ। ਮੈਨੂੰ ਲੱਗਦਾ ਸ਼ਾਇਦ ਅੱਜ ਇਹ ਪਾਰਟੀ ਵੀ ਸਕੂਨ ਮਹਿਸੂਸ ਕਰਦੀ ਹੋਵੇਗੀ, ਇਹਨਾਂ ਦਾ ਵੀ ਇੱਕ ਸਿਆਸੀ ਏਜੰਡਾ ਹੋ ਸਕਦਾ, ਪਰ ਕਿਸਾਨੀ ਦੇ ਮੁੱਦੇ 'ਤੇ ਜੇ ਸਿਆਸਤ ਕਰਨੀ ਹੈਗੀ ਆ ਤਾਂ ਇਹੋ ਜਿਹੀ ਸਿਆਸਤ ਹੋਣੀ ਲਾਜ਼ਮੀ ਹੈ। ਰਾਜੀਵ ਦੁਆਰਾ, ਤੁਹਾਡਾ ਬਹੁਤ ਸਵਾਗਤ ਕਰਦਾ ਮੈਂ। ਹਰਜੀਤ ਗਰੇਵਾਲ, ਇਹ ਭਾਰਤੀ ਜਨਤਾ ਪਾਰਟੀ ਨੁਮਾਇੰਦਗੀ ਕਰਦੇ ਆ, ਹਰਜੀਤ ਗਰੇਵਾਲ ਖੁਦ ਕਿਸਾਨੀ ਨਾਲ ਤਾਲੁਕ ਰੱਖਦੇ ਹੈਗੇ ਆ, ਅਤੇ ਜੋ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹ ਕਹਿਣ ਕਿ ਵਿਰੋਧੀਆਂ ਨੇ ਕੁਛ ਨਹੀਂ ਕੀਤਾ ਅਤੇ ਅਸੀਂ ਕੁਛ ਕਰ ਰਹੇ ਹੈਗੇ ਹਾਂ, ਅਤੇ ਫਿਰ ਗਰੇਵਾਲ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, 4.5 ਸਾਲ ਪਹਿਲਾਂ ਇਹੋ ਜਿਹੇ ਬਿਆਨ ਕਿਉਂ ਨਹੀਂ ਆਏ। ਗਰੇਵਾਲ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਸੁਰਜੀਤ ਸਿੰਘ ਸਵੈਚ, ਕਾਂਗਰਸ ਦੀ ਨੁਮਾਇੰਦਗੀ ਕਰਦੇ ਆ, ਕਾਂਗਰਸ ਦੇ ਬੁਲਾਰੇ ਆ, ਅਤੇ ਸੁਰਜੀਤ ਸਿੰਘ ਸਵੈਚ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਪੰਜਾਬ ਵਿੱਚ ਕਾਂਗਰਸ ਨੇ ਜੋ ਕਿਹਾ ਸੀ ਉਹ ਤੱਕ ਨਹੀਂ ਕੀਤਾ ਗਾ, ਜਿੰਨਾ ਕੀਤਾ ਹੈਗਾ ਉਸ 'ਤੇ ਵੀ ਸਵਾਲ ਕਿਉਂ ਹੈਗੇ ਆ। ਸੁਰਜੀਤ ਸਿੰਘ ਸਵੈਚ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਹਰਜੀਤ ਗਰੇਵਾਲ ਤੁਹਾਨੂੰ ਕਰਨਾ ਚਾਹੁੰਗਾ। ਹਰਜੀਤ ਗਰੇਵਾਲ, ਕਿਉਂ ਇਹ ਲੱਗਦਾ ਕਿ ਮੋਦੀ ਸਰਕਾਰ ਬਿਆਨ ਬਦਲਦੀ ਰਹੀ ਹੈ 4.5 ਸਾਲ ਦੇ ਵਿੱਚ ਕਿਸਾਨਾਂ ਦੇ ਮੁੱਦੇ 'ਤੇ? ਇਸ ਤਰ੍ਹਾਂ ਕਿ ਜੀ,
मोदी जी ने काम करके दिखाया, खाली बयानबाजी नहीं की। देश की आर्थिक हालत भी उस समय खराब हो गई सी, उन्हें भी संभालना सी। जो उस कुर्सी पर बैठ के असी सोचते हैं उदो सोच होर होंगी है, तो जो बाहर बैठ के सोचते हैं उदो होर होंगी है। पर देश के अंदर एक बहुत ही बुरी गल हो रही है कि डेली 2000 तो वध किसान खेती के धंधे तो अलग हो रहे हैं और वो अनस्किल्ड ने और अनएजुकेटड भी ने, तो उन्हां दी एक बहुत बड़ी चिंता का विषय है। और ये 24 करोड़ तक संख्या जा सकती है, तो जो वो होएगा तो उन्होंने किस तरह करेंगे उन्होंने सहायक धंधे। मैं जोगिंदर यादव जी की तुम गल की है, मैं उन्होंने एक बहुत वधिया गल कही सी कि हर किसान परिवार की तो खेत मजदूर परिवार की जिहड़े खेती के धंधे नाल जुड़े हुए हैं घट्टो घट आमदन तय की जाए। तो असी अपनी पार्टी च भी कहा है और अपनी सरकार नूं भी कहा कि इस पर विचार होना चाहिए, क्योंकि जमीन बहुत छोटे छोटे टुकड़े रह गए, अगर उनकी घट्टो घट आमदनी तय होगी वो खेती के धंधे नाल जुड़े नहीं रह सकते। मैं सवाल यह किया अग्रवाल साहब, तुम बहुत एक संजीदगी वाली गल की हैगी कि किसान आ जिहड़े खेती धंधे दूर हो रहे हैं। मैं सवाल यह किया मोदी सरकार बयान क्यों बदल रही है? नहीं, मोदी सरकार कोई मोदी जी ने की बयान बदलिया? मोदी जी ने यह दसिया कि पंजाब के अंदर भी किसानों नाल झूठा वादा किया, धोखा होया उन्होंने नाल, और कर्नाटक के अंदर भी झूठा वादा किया। अब बाकी राज सरकार भी जिहड़ियां इन्हां दी आईयां ने यह किस तरह करनगे की ये कहिंदे आ? किसान नूं झूठे लारे नहीं देने चाहिए, उहदे नाल ज़्यादा सुसाइड होंदे आ, असली गल आ। उस तो बाद तुसीं देखो साईं नाथ थरां नूं कोट करूंगा, उन्होंने एक कुछ बयान तुहाडे लिखे है कि कुछ दिन पहला नितिन गडकरी ने कहा कि कोई उम्मीद नहीं कि असीं चोणां जित्तांगे, इसलिए बहुत सारे वादे कर दिते गए। जे तुसीं मध्य प्रदेश का खेती मॉडल देख लो, शिवराज सिंह चौहान स्वामीनाथन कमीशन तो भी अगे चले गए। 2018 में बजट के भाषण का पैराग्राफ नंबर 13 ते 14 पढ़ो, इस भाषण में जेटली ने कहा कि हाँ असीं वादा किया ते वादा पूरा कर दिता। हुण 5 साल में सरकार के 6 अलग अलग बयान है, तो हुण सरकार अगे की कहेगी कुछ नहीं कहा जा सकता। ये पी साईनाथ जिहड़े बहुत वड्डे पत्रकार ने वो ये चिंता प्रगटा रहे हैं कि तुसीं बयान वार वार बदलते पे हो। मैं यही सवाल कर रहा सीगा, हुण राहुल गांधी हरां ने जां कांग्रेस ने ये चोणां दे विच गल तोरी ते हुण तुसीं बैकफुट ते हो। देखो, मैं एक चीज़ समझदा जी कि जिहड़ी किसान दे विषय ते पूरी समझ ते किसान खेती माहिर जिहड़े आ उन्हां नाल गलबात करके फिर पूरी समझ लैके बोलना चाहिए, क्योंकि ये जिहड़े एसी कमरियां च बैठे लोग ने ना उन्हां नूं कई बार जानकारी नहीं हुंदी किसान दे बारे। बिल्कुल ठीक कह रहे हो तुसीं, किसान दी की हालत है। बिल्कुल ठीक कह रहे हो तुसीं, बिल्कुल ठीक कह रहे हो। इस करके कई बार जिन्होंने लिखा एसी कमरे च नहीं बैंदे, इह खेतां दीआं सत्थां च जांदे, खेतां दीआं वट्टां तक जांदे हैगे आ, पिंडां दीआं सत्थां च जांदे आ, जिन्होंने लिखा हैगा, जिन्होंने लिखा, मैं जिन्हां दा हवाला दे रहा। मैं पी साईनाथ दे खिलाफ नहीं कह रहा कुछ, आप किधर नूं जा रहे हो? मैं ये कह रहा कि जिहड़े ऑफिसर उन्होंने गाइड कर देंदे ना, कई बार मोदी साहब गाइड करन वाले ठीक नहीं सीगे। नहीं, मोदी साहब नूं, मोदी साहब तो खुद जानते हैं सारा कुछ, मोदी साहब नूं की गाइड करना, तो राहुल गांधी नूं गाइड करना चाहिए। हाँ, तुसीं ये बयान भी दित्ते सीगे। सुरजीत सिंह स्वैच, राहुल गांधी बारे कह रहा सीगा कि उन्होंने मूंह मसर का रंग नहीं पता हैगा, तो हुण उन्होंने ये बयान दिता हैगा कि पंजाब विच कांग्रेस ने कुछ किया नहीं, की टिप्पणी करोगे तुसीं? नहीं, ये तो कहण दे चलो गल्लां हुंदियां ने, लेकिन जो अग्रवाल साहब ने कहा है कि मोदी जी नूं सारा पता है, प्रॉब्लम इत्थे हुंदी है, ये मोदी बीजेपी सरकार की प्रॉब्लम यही है कि मोदी अपने आप नूं बहुत बड़ा इकोनॉमिक समझते हैं, मोदी अपने आप नूं बहुत बड़ा किसान समझते हैं, मोदी अपने आप नूं बहुत बड़ा इंडस्ट्री समझते हैं। उस एको जदों उन्हां नूं सपना आ जांदा वो नोटबंदी कर देंगे ने, जदों उन्हां नूं सपना आ जांदा वो GST ला देंगे ने बिना उस तो किसी सोचे समझे तो। इहदा कारण यह है कि जिहड़े वड्डे वड्डे इकोनॉमिस्ट सीगे, RBI दे गवर्नर जे सीगे, उन्हां दी जिहड़ी सलाह दे उल्ट जा के उन्होंने इदां दीआं पॉलिसियां की लईआं, इदां दीआं पॉलिसियां जिहड़ियां अपनी सरकार वे चलाईआं जिहदे नाल देश दी अर्थव्यवस्था, जिहदे नाल देश दा किसान, तुसीं RBI दे गवर्नर दी गल कीती है, RBI दे साबका गवर्नर ने वी कहा है कर्ज माफी दे जिहड़े तुसीं वादे कर रहे हो सारे लोग, इह देश दे खजाने लई खतरा है। सुणो सुणो, जिहड़ा साडा कर्ज क्रांति हैगा ना उहदे लई वी खतरा है इह। सुणो सुणो सुणो, बिल्कुल तुसीं राहुल गांधी दे बयान में सुन लो, उन्होंने ये कहा है कि जिहड़ा ये कर्ज माफी किसानों की हैगी है ये मसले का हल नहीं हैगा। अज के जिहड़े खेतीबाड़ी के माहर ने वह भी मानते हैं, इकोनॉमिस्ट भी मानते हैं, ये हल नहीं हैगा, लेकिन एक राहत है, बस ये राहत हैगी है जो साड़ी पंजाब गवर्नमेंट ने, जो अज मोदी जी कह रहे हैं कि कुछ नहीं दिता हैगा, 3500 करोड़ 3600 करोड़ रुपया साड़ी सरकार दे चुकी है हुण तक दो मरलिआं दे विच। वादा किन्ना कीता सी? अग्गे जिहड़ा उह वी वादा किन्ना कीता, उह वी कर रहे हैं, उह वी कर रहे हैं। किन्ने परसेंट तुहानूं लगदा GST नाल 2 सालां दे विच किन्ने परसेंट तुहानूं लगदा कि तुसीं किन्ना तुर पे हो? KPG GST दे नाल इत्थे साडे एक्सपर्ट बैठे ने, पंजाब दा जिहड़ा इनकम हैगी है
40% ਰੈਵਨਿਊ ਘਟ ਜਾ ਰਿਹਾ। ਇਹ ਤਾਂ ਤੁਹਾਡੇ ਖਜ਼ਾਨਾ ਮੰਤਰੀ ਉਹਨਾਂ ਨੇ ਬਿਆਨ ਦਿੱਤਾ, ਪ੍ਰਸ਼ੰਸਾ ਕੀਤੀ ਤੁਹਾਡੇ ਖਜ਼ਾਨਾ ਮੰਤਰੀ ਨੇ, ਗੱਲ ਕਹੀ ਸੀ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਨੇ, ਗੱਲ ਕਹੀ ਸੀ ਸਦਨ ਦੇ ਵਿੱਚ ਕਿ ਪੰਜਾਬ ਮੁਨਾਫੇ ਜਾਊਗਾ ਉਹਨਾਂ ਦੀ ਅਸੈਸਮੈਂਟ। ਤੁਸੀਂ ਭੁੱਲ ਗਏ ਹੋ, ਤੁਸੀਂ ਭੁੱਲ ਗਏ ਹੋ, ਦਿੱਲੀ ਦੇ ਵਿੱਚ ਜਾ ਕੇ ਤੁਹਾਡੀਆਂ ਸਟੇਟਮੈਂਟ ਬਦਲ ਗਈਆਂ। ਇਸੇ ਕਰਕੇ ਉਹਨਾਂ ਜਿਹੜੀ ਹੁਣ GST ਕੌਂਸਲ ਦੀ ਮੀਟਿੰਗ ਹੋਈ ਹੈ ਤੁਸੀਂ ਕਿਹਾ ਹੈ ਕਿ ਹੁਣ ਤਾਂ ਤੁਸੀਂ ਕਹਿ ਰਹੇ ਹੋ ਨਾ ਹੁਣ ਇਲੈਕਸ਼ਨ ਆ ਗਿਆ, ਤੁਸੀਂ ਕਹਿ ਰਹੇ ਹੋ ਪਹਿਲਾਂ ਤੁਸੀਂ ਕਿਹਾ ਸੀਗਾ ਪੰਜਾਬ ਨੂੰ ਸਭ ਤੋਂ ਜ਼ਿਆਦਾ ਪ੍ਰੋਫਿਟ ਹੋਵੇਗਾ, ਚੌਥੇ ਸਾਲ ਦੇਖਿਓ ਪੰਜਾਬ ਮੁਨਾਫੇ ਜਾਵੇਗਾ। ਜਿਹੜੀਆਂ ਐਕਸਪੈਕਟੇਸ਼ਨ ਸੀਗੀਆਂ ਕਿ GST ਨਾਲ ਪੰਜਾਬ ਨੂੰ ਫਾਇਦਾ ਹੋਏਗਾ ਉਹ ਸਾਰੀਆਂ ਗਲਤ ਸਾਬਤ ਹੋਈਆਂ ਹੈਗੀਆਂ ਨੇ, ਰੈਵਨਿਊ ਵਧਣ ਦੀ ਬਜਾਏ ਰਹਿ ਗਿਆ। ਮਤਲਬ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਹਜੇ ਤਾਂ ਜਿਹੜਾ ਹੈਗਾ ਕਿਹਨੂੰ ਪਤਾ, ਡਾਕਟਰ ਮਨਮੋਹਨ ਸਿੰਘ ਨੂੰ ਪਤਾ ਸਿਰਫ, ਬਿਲਕੁਲ ਡਾਕਟਰ ਮਨਮੋਹਨ ਸਿੰਘ ਜੀ ਉਹਦੀ ਗੱਲ ਕੋਈ ਮੰਨਦਾ ਹੈ ਜਿਹੜੀ ਇਹ ਮੋਦੀ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਦੀਆਂ ਪਾਲਿਸੀਆਂ ਦੇ ਜਿਹੜੀ ਸਮਝਦੇ ਨੋਟਬੰਦੀ ਨਾ ਕਰਦੇ, ਕਿਉਂਕਿ ਗੱਲਾਂ ਪਹਿਲਾਂ ਵੀ ਚੱਲੀਆਂ ਸੀਗੀਆਂ ਇਹ। ਚਲੋ ਨੋਟਬੰਦੀ ਤੇ ਆ ਗਏ, ਉਹਦੇ ਪਹਿਲਾਂ ਵੀ ਚੱਲੀਆਂ ਸੀਗੀਆਂ, ਬ੍ਰੇਕ ਤੋਂ ਵਾਪਸ ਆਵਾਂਗੇ। ਸਾਰਾ ਜਿਹੜਾ ਹੈਗਾ ਖੇਤੀਬਾੜੀ ਦੀ ਗੱਲ ਕਰ ਰਿਹਾ, ਕਿਸਾਨ ਜਿਹੜੇ ਮਰ ਰਹੇ ਮੈਂ ਉਹਨਾਂ ਦੀ ਗੱਲ ਕਰ ਰਿਹਾ, ਕਿਸਾਨਾਂ ਲਈ ਖਜ਼ਾਨਾ ਖੁੱਲੇਗਾ ਕਿਵੇਂ? ਬ੍ਰੇਕ ਤੋਂ ਵਾਪਸ ਆ ਰਹੇ ਹਾਂ, ਇਹ ਚੰਗੀ ਗੱਲ ਹੈ, ਇਹ ਚੰਗੀ ਗੱਲ ਹੈ ਜੇ ਕਿਸਾਨਾਂ ਤੇ ਡਿਬੇਟ ਹੋ ਰਹੀ ਹੈ, ਇਹ ਚੰਗੀ ਗੱਲ ਹੈ। ਕਿਸਾਨਾਂ ਦਾ ਇਸ਼ੂ ਹੈ ਜਿਹੜਾ ਉਹ ਸਿਆਸਤਦਾਨਾਂ ਨੂੰ ਹੁਣ ਸਮਝ ਆਇਆ ਹੈਗਾ, ਪਰ ਸਾਨੂੰ ਹਜੇ ਵੀ ਇਹ ਡਰ ਲੱਗਦਾ ਹੈਗਾ ਕਿ ਕਿਸਾਨਾਂ ਨੂੰ ਸਿਰਫ ਵੋਟ ਬੈਂਕ ਵਜੋਂ ਵਰਤ ਕੇ ਸਿਆਸਤ ਸਿੱਟ ਤਾਂ ਨਹੀਂ ਜਾਵੇਗੀ। ਬ੍ਰੇਕ ਤੋਂ ਵਾਪਸ ਆ ਕੇ ਸਾਰੇ ਸਵਾਲ ਲਵਾਂਗੇ। ਚਲੋ, ਕੀ ਕਿਸਾਨਾਂ ਲਈ ਖੁੱਲ੍ਹੇਗਾ ਖਜ਼ਾਨਾ? ਇਸੇ ਉਮੀਦ ਦੇ ਵਿੱਚ ਇਹ ਡਿਬੇਟ ਅਸੀਂ ਕਰ ਰਹੇ ਹਾਂ, ਆਜ਼ਾਦੀ ਤੋਂ ਬਾਅਦ ਚੋਣ ਜਿੱਤਣ ਲਈ ਕਿਸਾਨਾਂ ਨਾਲ ਕਿਉਂ ਹੋਈ ਧੋਖੇ ਵਾਲੀ ਸਿਆਸਤ? ਇਹ ਸਵਾਲ ਅਸੀਂ ਪੁੱਛ ਰਹੇ ਹਾਂ। ਅਜੀਬ ਤਰ੍ਹਾਂ ਧੋਖੇ ਵਾਲੀ ਸਿਆਸਤ ਕਿਸਾਨਾਂ ਨਾਲ ਹੁੰਦੀ ਰਹੀ ਹੈ, ਅਸੀਂ ਵਾਰ ਵਾਰ ਇਹ ਚਰਚਾ ਕੀਤੀ ਹੈ ਕਿ ਕਿਤੇ 2019 ਵਿੱਚ ਵੀ ਕਿਸਾਨ ਠੱਗਿਆ ਤਾਂ ਨਹੀਂ ਜਾਵੇਗਾ। ਕਿਸਾਨ ਦਾ ਸਵਾਲ ਹੁਣ ਏਜੰਡੇ 'ਤੇ, ਪਰ ਕਿਸਾਨ ਅੰਦੋਲਨ ਦੇ ਨਾਲ ਜੁੜੇ ਲੋਕਾਂ ਨਾਲ ਅਤੇ ਕਿਸਾਨਾਂ ਦੇ ਸਾਹਮਣੇ ਇੱਕ ਚੁਣੌਤੀ ਹੈ। ਚੁਣੌਤੀ ਇਹ ਹੈ ਕਿ ਜਿਹੜੀ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਮੰਨ ਰਹੀ ਉਹਨੂੰ ਹਰਾਉਣਾ ਵੀ ਹੈ, ਅਤੇ ਜਿਹੜੇ ਵਾਅਦੇ ਕਰ ਰਹੇ ਨੇ ਸਿਰਫ ਅਤੇ ਧਰਾਤਲ 'ਤੇ ਪੂਰੇ ਨਹੀਂ ਕਰ ਰਹੇ ਉਹਨੂੰ ਡਰਾਉਣਾ ਵੀ ਹੈ। ਮਾਹੌਲ ਬਣਾਉਣ ਦੀ ਲੋੜ ਹੈ। ਜਿਵੇਂ ਤੁਸੀਂ ਕਿਹਾ 2016 ਤੋਂ ਮੈਨੂੰ ਯਾਦ ਹੈ 2015 ਦੇ ਵਿੱਚ ਅਸੀਂ ਇੱਕ ਯਾਤਰਾ ਕੀਤੀ ਸੀ ਠੀਕਰੀਵਾਲ ਤੋਂ ਲੈ ਕੇ ਦਿੱਲੀ ਤੱਕ, ਜਿਹਦੇ ਵਿੱਚ ਕਿਹਾ ਸੀ ਮਿਨੀਮਮ ਇਨਕਮ ਗਾਰੰਟੀ ਐਕਟ ਬਣਾਓ ਕਿਸਾਨ ਵਾਸਤੇ। ਫਿਰ 2016 ਤੋਂ ਇੱਕ ਜਦੋਂ ਹਰਿਆਣਾ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਆਰਕਸ਼ਣ ਨੂੰ ਲੈ ਕੇ ਜਿਸ ਤਰ੍ਹਾਂ ਦੀ ਆਗਜਨੀ ਹੋਈ ਅਤੇ ਮਾਹੌਲ ਜਿਵੇਂ ਕਮਨਲਾਈਜ਼ ਅਤੇ ਜਾਤੀਵਾਦ 'ਤੇ ਵੰਡਿਆ ਗਿਆ, ਉਦੋਂ ਅਸੀਂ ਕਹੇ ਸੀ ਜਾਤ ਪਾਤ 'ਤੇ ਨਹੀਂ, ਹਿੰਦੂ ਮੁਸਲਮਾਨ 'ਤੇ ਨਹੀਂ, ਯੁਵਾ ਅਤੇ ਕਿਸਾਨ ਦੀ ਲੜਾਈ ਅਗਲੇ ਚੋਣ ਦੇ ਵਿੱਚ ਹੋਣੀ ਚਾਹੀਦੀ ਹੈ। ਅਤੇ ਵਾਰ ਵਾਰ ਕਿਹਾ ਜਾਂਦਾ ਕਿਸਾਨ ਦੀ ਦੇ ਨਾਂ ਦੀ ਰਾਜਨੀਤੀ ਕੀਤੀ ਜਾਂਦੀ ਹੈ। ਅਸੀਂ ਪਹਿਲੀ ਵਾਰ ਕਿਹਾ ਕਿਸਾਨ ਦੇ ਨਾਂ 'ਤੇ ਕਿਸਾਨ ਦੇ ਮੁੱਦਿਆਂ ਦੀ ਰਾਜਨੀਤੀ ਹੋਣ ਦੀ ਲੋੜ ਹੈ। ਜਦੋਂ ਤੱਕ ਦੇਸ਼ ਦੇ ਵਿੱਚ ਕਿਸਾਨ ਦੇ ਮੁੱਦਿਆਂ ਦੀ ਰਾਜਨੀਤੀ ਨਹੀਂ ਹੋਏਗੀ ਅਤੇ ਇਹਨੂੰ ਰਾਜਨੀਤੀ ਕਹਿ ਕੇ ਪਾਸੇ ਕਰ ਦਿੱਤਾ ਜਾਏਗਾ, ਉਦੋਂ ਤੱਕ ਗੱਲ ਕਿਸਾਨ ਦੀ ਨਹੀਂ ਸੁਣੀ ਜਾਏਗੀ। ਉਸ ਤੋਂ ਬਾਅਦ ਮੰਦਸੌਰ ਦੇ ਵਿੱਚ ਗੋਲੀਕਾਂਡ ਹੋਣ ਤੋਂ ਬਾਅਦ ਦੇਸ਼ ਦੇ ਬਹੁਤ ਸਾਰੇ ਕਰੀਬ 200 ਕਿਸਾਨ ਸੰਗਠਨ ਇਕੱਠੇ ਹੋਏ, ਉਹਨਾਂ ਨੇ ਦੋ ਮੁੱਦਿਆਂ 'ਤੇ ਆਪਦੀ ਸਹਿਮਤੀ ਬਣਾਈ। ਪਹਿਲਾ ਪੂਰਨ ਕਰਜ਼ਾ ਮਾਫ਼, ਦੂਜਾ ਫਸਲ ਦਾ ਪੂਰਾ ਦਾਮ। ਇਹ ਦੋ ਬਿੱਲ ਸੰਸਦ ਦੇ ਵਿੱਚ ਆ ਗਏ, ਸੰਸਦ ਵਿੱਚ ਨੇ ਪੋਲੀਟੀਕਲ ਪਾਰਟੀਆਂ ਨੇ ਕਿ ਵਾਅਦਾ ਕੀਤਾ ਕਿ ਅਸੀਂ ਸਮਰਥਨ ਕਰਾਂਗੇ, ਪਰੰਤੂ ਹੋਏ ਸਟੇਜ 'ਤੇ ਵੀ ਜਦੋਂ ਕਰਜ਼ ਮਾਫ਼ੀ ਦੀ ਕਾਂਗਰਸ ਵੀ ਗੱਲ ਕਰ ਰਹੀ ਹੈ, ਉਦੋਂ ਫਿਰ ਸਵਾਲ ਇਹ ਹੈ ਕਿ ਜਦੋਂ ਰੋਜ਼ ਰਾਫੇਲ ਦੇ ਉੱਤੇ ਰੌਲਾ ਹੋ ਸਕਦਾ ਹੈ, ਜਿਹੜੀ ਵਾਜਿਬ ਗੱਲ ਹੈ, ਹੋਣਾ ਚਾਹੀਦਾ ਹੈ ਸਰਕਾਰ ਨੇ ਜੋ ਕੀਤਾ ਹੈ, ਪਰੰਤੂ ਕਦੇ ਕਿਸਾਨ ਦੇ ਮੁੱਦੇ 'ਤੇ ਅਤੇ ਉਹ ਬਿੱਲਾਂ ਨੂੰ ਪਾਸ ਕਰਨ ਵਾਸਤੇ ਵੀ ਸੰਸਦ ਦੇ ਵਿੱਚ ਆਵਾਜ਼ ਕਿਉਂ ਨਹੀਂ ਉੱਠਦੀ? ਇਹ ਸਵਾਲ ਹਲੇ ਵੀ ਕਾਂਗਰਸ ਨੂੰ ਅਤੇ ਵਿਪਕਸ਼ ਨੂੰ ਵੀ ਦੇਣ ਦੀ ਲੋੜ ਹੈ। ਜਿੱਥੋਂ ਤੱਕ BJP ਦੀ ਗੱਲ ਹੈ, BJP ਨੇ ਤਾਂ ਬਿਲਕੁਲ ਕਸਮ ਖਾ ਲਈ, ਅਸੀਂ ਨਾ ਕਿਸਾਨ ਦੀ ਗੱਲ ਸੁਣਨੀ ਹੈ ਨਾ ਕਿਸਾਨ ਦੀ ਗੱਲ ਸੁਣ ਰਹੇ ਹਾਂ ਅਸੀਂ। ਹੁਣ ਵੀ ਜੋ ਕਹਿ ਰਹੇ ਨੇ ਕਿਸ ਤਰ੍ਹਾਂ ਅਚਾਨਕ ਜਦੋਂ 3 ਸਟੇਟ ਦੇ ਵਿੱਚ ਉਹਨਾਂ ਨੇ ਆ ਕੇ ਕਰਜ਼ ਮਾਫ਼ੀ ਦੀ ਗੱਲ ਕੀਤੀ, ਕਿਸ ਤਰ੍ਹਾਂ ਸਰਕਾਰ ਦੇ ਨੁਮਾਇੰਦੇ ਅਤੇ ਜਿਸ ਤਰ੍ਹਾਂ ਆਫਿਸਰ ਦੇ ਇਕੋਨਮਿਸਟ ਆ ਕੇ ਖੜ੍ਹੇ ਹੋ ਗਏ ਨੇ, ਕਰਜ਼ ਮਾਫ਼ੀ ਨਾਲ ਪੂਰੀ ਇਕੋਨਮੀ ਤਬਾਹ ਹੋ ਜਾਣੀ ਹੈ। ਇਹ ਇਕੋਨਮੀ ਤਬਾਹ ਹੋਣ ਦਾ ਜਿਹੜਾ ਸ਼ੋਰ ਮਚਾਇਆ ਗਿਆ, ਉਹ ਗੱਲ ਉਦੋਂ ਨਹੀਂ ਹੁੰਦੀ ਜਦੋਂ ਬਹੁਤ ਸਾਰੇ ਕਾਰਪੋਰੇਟ ਦੇ ਕਰਜ਼ਿਆਂ 'ਤੇ ਛੂਟ ਦਿੱਤੀ ਜਾਂਦੀ ਹੈ, ਇੰਪਲੋਈਜ਼ ਨੂੰ ਵੱਡੇ ਕਮਿਸ਼ਨ ਦਿੱਤੇ ਜਾਂਦੇ ਨੇ, ਜਿਹੜੀ ਲੋੜ ਹੈ ਉਹ ਜੋ ਦਿੱਤੇ ਜਾਂਦੇ ਨੇ, ਉਦੋਂ ਇਕੋਨਮੀ ਦੀ ਗੱਲ ਨਹੀਂ। ਹੋਰ 50 ਤਰ੍ਹਾਂ ਦੇ ਸਵਾਲ ਹੈ ਕਿਸਾਨ ਦੇ ਉੱਤੇ, ਕਿਉਂ ਸਵਾਲ ਹੈ? ਕਿਸਾਨ ਅੰਦੋਲਨਾਂ ਨੇ ਮੋਦੀ ਸਾਹਿਬ ਦਾ ਮਨ ਬਦਲ ਦਿੱਤਾ ਜਾਂ ਕਾਂਗਰਸ ਦਾ ਮਾਸਟਰ ਸਟ੍ਰੋਕ ਹੈ ਜਿਹੜਾ ਉਹਨੇ ਮਨ ਬਦਲ ਦਿੱਤਾ? ਪਹਿਲਾਂ ਕਿਸਾਨ ਅੰਦੋਲਨ ਦੇਸ਼ ਭਰ ਦੇ ਕਿਸਾਨਾਂ ਦੀ ਆਵਾਜ਼ ਜਿਹੜੀ ਇੱਕ ਰੂਪ ਦੇ ਵਿੱਚ ਆਈ ਕਿ ਕਿਸਾਨ ਜਿਹੜੇ ICU 'ਚ ਪਏ ਉਹਨੂੰ ਬਾਹਰ ਕੱਢਣ ਵਾਸਤੇ ਪਹਿਲੇ ਆ 2 ਕਦਮ ਲੈਣ ਦੀ ਲੋੜ ਹੈ, ਫਿਰ ਇਸ ਤੋਂ ਬਾਅਦ ਹੋਰ ਅੱਗੇ ਬਹੁਤ ਸਾਰਾ ਕੁਝ ਕਰਨ ਦੀ ਲੋੜ ਹੈ। ਇਹ ਕਰਜ਼ ਮੁਕਤੀ ਇੱਕ ਵਾਰ ਹੋਣ ਦੀ ਲੋੜ ਹੈ, ਵਾਰ ਵਾਰ ਨਹੀਂ ਹੋ ਸਕਦੀ, ਨਾਲ ਨਾਲ ਇਹਦੀ ਆਮਦਨ ਵੀ ਕਿਸਾਨ ਦੀ ਵਧੇ, ਪਹਿਲਾ ਸਟੈਪ ਹੈ। ਉਸ ਤੋਂ ਬਾਅਦ ਹੋਰ ਬਹੁਤ ਸਾਰੇ ਜੇ ਕਿਵੇਂ ਪਿੰਡ ਨੂੰ ਆਤਮ ਨਿਰਭਰ ਬਣਾਇਆ ਜਾਵੇ, ਖੇਤੀ ਨੂੰ ਆਤਮ ਨਿਰਭਰ ਉਸ ਵਰਗ ਨੂੰ ਬਣਾਇਆ ਜਾਵੇ, ਇਹ ਸਾਰੇ ਸਵਾਲ ਨੇ। ਉਹਨਾਂ ਵੱਲ ਤਾਂ ਹੀ ਤੁਰੇਗੀ ਇਹ। ਜਦੋਂ ਅੰਦੋਲਨ ਚੱਲੇ ਉਦੋਂ ਵਿਪਕਸ਼ ਵੀ ਮਜਬੂਰ ਹੋਇਆ, ਕਾਂਗਰਸ ਵੀ ਮਜਬੂਰ ਹੋਈ, ਉਹਨੂੰ ਵੀ ਪੰਜਾਬ ਅਤੇ ਕਰਨਾਟਕਾ ਦੇ ਜਿੰਨਾ ਕਿਹਾ ਉਹਨੇ ਵਾਅਦੇ ਪੂਰੇ ਨਹੀਂ ਕੀਤੇ, ਬਾਕੀ ਥਾਂ ਘੋਸ਼ਣਾਵਾਂ ਕੀਤੀਆਂ ਨੇ ਉਹ ਵੀ ਹਲੇ ਪੂਰੀਆਂ ਕਿੰਨੀ ਹੁੰਦੀਆਂ ਵੇਖਣ ਦੀ ਲੋੜ ਹੈ। ਪਰੰਤੂ ਅੰਦੋਲਨ ਦਾ ਅਸਰ ਹੈ, ਕਾਂਗਰਸ ਵੀ ਮਜਬੂਰ ਹੋਈ ਅਤੇ ਸਰਕਾਰ ਨੂੰ ਵੀ ਗੱਲ ਕਰਨੀ ਪੈ ਰਹੀ ਹੈ। ਕਿਸਾਨ ਸੜਕਾਂ 'ਤੇ ਆਇਆ, ਹੁਣ ਇਹਨਾਂ ਨੂੰ ਸਮਝ ਆ ਗਿਆ ਕਿ ਸਾਨੂੰ ਕੁਛ ਕਰਨਾ।
ਉਹਨਾਂ ਸੱਥਾਂ ਦੇ ਵਿੱਚ ਗੁੰਝਲ ਲੱਗ ਪਈ ਹੈਗੀਆਂ ਜਿਹੜੀਆਂ ਸੱਥਾਂ ਦੇ ਵਿੱਚ ਸਿਰਫ ਕਾਰਪੋਰੇਟ ਦੀ ਗੱਲ ਹੁੰਦੀ ਸੀਗੀ। ਡਾਕਟਰ ਗਿਆਨ ਸਿੰਘ, ਇਹ ਕਰਜ਼ ਮਾਫ਼ੀ ਵਾਲਾ ਪਲਾਨ ਪਤਾ ਨਹੀਂ ਇਹਨਾਂ ਦਾ ਕਿਹੜਾ ਹੈਗਾ ਕਿਹੜਾ ਨਹੀਂ, ਮੈਨੂੰ ਨਹੀਂ ਪਤਾ, ਪਰ ਇੱਕ ਚੀਜ਼ ਸੁਣਨ ਵਿੱਚ ਆ ਰਹੀ ਹੈ, ਕਰਜ਼ ਮਾਫ਼ੀ ਤੋਂ ਵੀ ਕੋਈ ਵੱਡਾ ਐਲਾਨ ਕਰ ਸਕਦੇ ਨੇ ਪ੍ਰਧਾਨ ਮੰਤਰੀ, ਇਹਦਾ ਮਤਲਬ ਕੀ ਹੈ? ਇਹ ਪਹਿਲੀ ਗੱਲ ਤਾਂ ਹੈ, ਜਿਹੜੀ ਕਰਜ਼ ਮਾਫ਼ੀ ਹੈ ਇਹ ਅੱਜ ਦਾ ਜਾਂ ਕੱਲ੍ਹ ਦਾ ਨਹੀਂ ਹੈ, ਕੋਈ ਪਹਿਲੀ ਵਾਰੀ ਨਹੀਂ ਕਿਹਾ ਗਿਆ, ਇਹਦੀ ਹਿਸਟਰੀ ਬਹੁਤ ਪੁਰਾਣੀ ਹੈ। 1990 'ਚ ਜਦੋਂ ਬੀਪੀ ਸਿੰਘ ਪ੍ਰਧਾਨ ਮੰਤਰੀ, ਉਸ ਮੌਕੇ 10,000 ਕਰੋੜ ਦੀ ਕਰਜ਼ ਮਾਫ਼ੀ ਹੋਈ ਕਿਸਾਨਾਂ ਦੀ, ਹੈ ਨਾ। ਉਸ ਤੋਂ ਬਾਅਦ 2008 ਦੇ ਵਿੱਚ 60,000 ਕਰੋੜ ਦੀ ਅਨਾਊਂਸ ਕੀਤੀ ਅਤੇ ਮੁੜ ਕੇ ਕਿਹਾ 72,000 ਦੀ ਕਰਾਂਗੇ ਅਤੇ 52,000 ਕਰੋੜ 'ਤੇ ਖੜ੍ਹ ਗਈ ਸੀ। ਇਹਨਾਂ ਦੀ ਬਹੁਤ ਸਾਰੀ ਨੁਕਤਾਚੀਨੀ ਹੋਈ, ਕਿੰਤੂ ਪ੍ਰੰਤੂ ਹੋਏ, ਪਰ ਜਦੋਂ 2008 ਦੇ ਵਿੱਚ 52,000 ਕਰੋੜ ਦੀ ਕੀਤੀ ਅਤੇ 60,000 ਦਾ ਬਹਿਸ ਹੋ ਰਹੀ ਸੀ, ਉਸ ਮੌਕੇ ਭਾਰਤੀ ਜਨਤਾ ਪਾਰਟੀ ਅਪੋਜੀਸ਼ਨ ਸੀ, ਇਹਦੇ ਸਿਰਕੱਢ ਆਗੂ ਐਲ ਕੇ ਅਡਵਾਨੀ ਨੇ ਇਹ ਪੁੱਛਿਆ ਸੀ ਕਿ ਪੈਸੇ ਕਿੱਥੋਂ ਆਉਣਗੇ। ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਇਹ ਕਿਹਾ ਸੀ ਕਿ ਜਦੋਂ ਤੱਕ ਕਿਸਾਨਾਂ ਦੀਆਂ ਅੱਖਾਂ 'ਚ ਅੱਥਰੂ ਨੇ, ਡਾਕਟਰ ਮਨਮੋਹਨ ਸਿੰਘ ਨੇ, ਸਾਡੇ ਪੈਸੇ ਨਹੀਂ ਮੁੱਕਣਗੇ। ਪਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ, ਜਿਹੜੇ ਅੱਥਰੂ ਨੇ ਇਹ ਕਿਸੇ ਇੱਕ ਪਾਰਟੀ ਨੇ ਲਿਆਉਂਦੇ ਨੇ, NPA ਅਤੇ NDA ਅਤੇ UPA, ਇਹ ਦੋਨੇ ਅੱਥਰੂ ਲਿਆਉਣ ਵਾਲੇ ਨੇ, ਪਹਿਲਾਂ ਅੱਥਰੂ ਲਿਆਉਂਦੇ ਨੇ, ਬਾਅਦ 'ਚ ਸੁਕਾਉਣ ਦੀ ਗੱਲ ਕਰਦੇ। ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਮੁੱਦਾ ਆ ਗਿਆ, ਇਹ ਜਿਹੜਾ ਹੈਗਾ ਸ਼ੁਰੂ ਹੋਏ, ਜਿੱਥੋਂ ਗੁਦਾਰਾ ਸਾਹਿਬ ਨੇ ਕਿਹਾ ਕਿਸਾਨ ਜਥੇਬੰਦ ਹੋਏ, ਉੱਥੋਂ ਸ਼ੁਰੂ ਹੋਇਆ, ਫਿਰ ਰਾਜਸੀ ਗਿਣਤੀਆਂ ਮਿਣਤੀਆਂ 'ਚੋਂ ਆਇਆ ਅਤੇ ਹੁਣ ਚੋਣਾਂ ਦੇ ਨਤੀਜਿਆਂ 'ਚੋਂ ਆ ਗਿਆ ਹੈਗਾ। ਅਤੇ ਜਿਹੜੇ ਦੇ ਰਹੇ ਨੇ, ਇਹ ਟੋਕਨ ਮਨੀ ਹੈ, ਇਹ ਰਿਲੀਫ ਹੈ, ਸਾਨੂੰ ਕਰਜ਼ਾ ਮਾਫ਼ੀ ਨਹੀਂ, ਕਰਜ਼ਾ ਮੁਕਤੀ ਦੀ ਲੋੜ ਹੈ, ਹੈ ਨਾ। ਇਹ ਇਸ ਲਈ ਜਿਹੜਾ ਕੁਛ ਤੁਸੀਂ ਕਹਿੰਦੇ ਵੀ ਪ੍ਰਧਾਨ ਮੰਤਰੀ ਨੇ ਕਿਹਾ ਕੁਛ ਵੱਡਾ ਕਰਨ ਜਾ ਰਹੇ ਨੇ, ਜੇ ਮੈਂ ਪਿਛਲੀ ਹਿਸਟਰੀ ਦੇਖਾਂ ਅੱਜ ਦੀ ਹਕੂਮਤ ਦੀ ਜਿਹੜੀ ਕੇਂਦਰ 'ਚ ਹੈਗੀ, ਤਾਂ ਹਕੂਮਤ ਆਉਣ ਤੋਂ ਪਹਿਲਾਂ ਇਲੈਕਸ਼ਨ ਮੈਨੀਫੈਸਟੋ 'ਚ ਕਹਿ ਦਿੰਦੇ ਸੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਬਾਅਦ 'ਚ ਸੁਪਰੀਮ ਕੋਰਟ 'ਚ ਬਿਆਨ ਦੇ ਕੇ ਉਦੋਂ ਭੱਜ ਗਏ ਸੀ, ਹੈ ਨਾ। ਅਤੇ ਫਿਰ ਹੁਣ ਕਹਿਤਾ ਅਸੀਂ ਲਾਗੂ ਕਰਤੀ, ਜਿਹੜਾ ਕਿ ਕੋਰਾ ਝੂਠ ਹੈ, ਕੋਈ ਲਾਗੂ ਨਹੀਂ ਕੀਤੀ ਹੈਗੀ, 12 ਮਹੀਨੇ ਦੇ ਅੰਦਰ ਹੀ ਹੋ ਗਿਆ ਸੀ ਇਹ। ਨਹੀਂ ਦੇਖੋ, ਜਿਹੜਾ ਕੋਰਟ ਵਿੱਚ ਐਫੀਡੇਵਿਟ ਦਿੱਤਾ, ਫਿਰ RTA ਦੇ ਜਵਾਬ ਵੀ ਇਹੀ ਹੈ, ਜਿਹੜੇ ਹੁਣ ਵੀ ਹੋਇਆ ਕਿ ਅਸੀਂ ਲਾਗੂ ਕਰਤੀ, ਉਹ ਕੋਰਾ ਝੂਠ ਹੈ, ਉਹ ਕੋਸਟ ਆਫ ਪ੍ਰੋਡਕਸ਼ਨ ਲਈ ਉਹ ਨਹੀਂ ਗਈ, ਕੋਸਟ ਆਫ ਪ੍ਰੋਡਕਸ਼ਨ 'ਚ ਇੰਨੀਆਂ ਲਿਮਿਟੇਸ਼ਨਸ ਨੇ ਕਿ ਐਡਾ ਕੋਰਾ ਝੂਠ ਬੋਲਣ ਲੱਗੇ ਤਾਂ ਮਤਲਬ ਮਾੜਾ ਮੋਟਾ ਕਿਤੇ ਇਹ ਮਹਿਸੂਸ ਹੋਣਾ ਚਾਹੀਦਾ ਕਿ ਅਸੀਂ ਐਡਾ ਵੱਡਾ ਪਾਪ ਕਰ ਰਹੇ ਹਾਂ। ਜਿਹੜਾ ਕੁਛ ਹੁਣ ਕਰਨਗੇ ਉਹ ਰਾਜਸੀ ਰਿਉੜੀਆਂ ਦਿਖਦੀਆਂ ਨੇ ਮੈਨੂੰ, ਜਿਹੜੀ ਪੋਲੀਟੀਕਲ ਪਾਰਟੀ ਕਰੇ, UPA ਅਤੇ NDA ਦੋਨੇ ਬਰਾਬਰ ਦੀਆਂ ਜ਼ਿੰਮੇਵਾਰ ਨੇ ਕਰਜ਼ਾ ਚੜ੍ਹਾਉਣ 'ਚ। ਚਲੋ ਡਾਕਟਰ ਗਿਆਨ ਸਿੰਘ, ਤੁਹਾਡੀ ਗੱਲ ਮੈਂ ਮੰਨ ਲਈ ਵੀ ਸਾਰੀ ਜਿਹੜੀ ਹੁਣ ਤੱਕ ਦੀ ਸਿਆਸਤ ਹੈਗੀ ਆ 70 ਸਾਲਾਂ ਦੇ ਵਿੱਚ, ਜਿਹਨਾਂ ਨੇ ਸੱਤਾ ਸੰਭਾਲੀ ਹੈ ਉਹ ਸਾਰੇ ਜ਼ਿੰਮੇਵਾਰ ਹੈਗੇ ਆ, ਪਰ ਸਵਾਲ ਇਹ ਹੈਗਾ ਕਿ ਕਰਜ਼, ਤੁਸੀਂ ਕਹਿ ਰਹੇ ਹੋ ਕਰਜ਼ ਮੁਕਤੀ ਹੋਣੀ ਚਾਹੀਦੀ, ਕਰਜ਼ ਮਾਫ਼ੀ ਨਹੀਂ ਹੋਣੀ ਚਾਹੀਦੀ, ਇਹ ਵੱਡਾ ਐਲਾਨ ਆ, ਮੈਨੂੰ ਵੱਡੇ ਐਲਾਨ ਦਾ ਮਤਲਬ ਨਹੀਂ ਹਜੇ ਤੁਸੀਂ ਦੱਸਿਆ। ਨਹੀਂ, ਵੱਡਾ ਐਲਾਨ ਤਾਂ ਜਦੋਂ ਕਰਨਗੇ ਫਿਰ ਆਪਾਂ ਉਹਨੂੰ ਇਵੈਲਿਊਏਟ ਕਰਾਂਗੇ ਨਾ ਕੀ ਹੈਗਾ। ਇਹ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਤੇਲੰਗਾਨਾ ਵਾਲੀ, ਉਹ ਵੈਲਕਮ ਸਟੈਪ ਹੈ, ਪਰ ਉਹਦੀ ਇੱਕ ਲਿਮਿਟੇਸ਼ਨ ਹੈ, ਜਿਸ ਤਰ੍ਹਾਂ ਫਾਰਮ ਸਾਈਜ਼ ਵੱਧਦਾ ਹੈ ਉਸ ਤਰ੍ਹਾਂ ਰਿਲੀਫ ਵੱਧਦੀ ਹੈ, ਜਦੋਂ ਕਿ ਅਦਰਵਾਈਜ਼ ਹੋਣਾ ਚਾਹੀਦਾ, ਜਿਸ ਤਰ੍ਹਾਂ ਫਾਰਮ ਸਾਈਜ਼ ਘਟੇ ਉਸ ਤਰ੍ਹਾਂ ਰਿਲੀਫ ਵਧਣੀ ਚਾਹੀਦੀ ਹੈ। ਅਤੇ ਇੱਕ ਜਿਹੜੀ ਵੱਡੀ ਗੱਲ ਹੈ, ਜਿੰਨੀਆਂ ਵੀ ਰਾਜਸੀ ਪਾਰਟੀਆਂ ਨੇ ਜਦੋਂ ਵੀ ਇਹਨਾਂ ਨੇ ਰਿਲੀਫ ਦਿੱਤੀ ਆਪਦੀਆਂ ਰਾਜਸੀ ਗਿਣਤੀਆਂ ਮਿਣਤੀਆਂ ਕਰਦੇ ਹੋਏ, ਦੋ ਖੇਤੀ ਦੇ ਵਰਗਾਂ ਬਾਰੇ ਗੱਲ ਨਹੀਂ ਕੀਤੀ, ਜਿਨ੍ਹਾਂ ਕੋਈ ਵੀ ਖੇਤੀ ਦਾ ਸਾਧਨ ਨਹੀਂ ਹੈਗਾ, ਕੋਈ ਉਹਨਾਂ ਕੋਲ ਰਿਸੋਰਸ ਨਹੀਂ ਹੈਗੇ, ਉਹ ਹੈਗੇ ਖੇਤ ਮਜ਼ਦੂਰ ਅਤੇ ਪੇਂਡੂ ਛੋਟਾ ਕਾਰੀਗਰ, ਜਦੋਂ ਕਿ ਉਹਨਾਂ ਨੂੰ ਰਿਲੀਫ ਦੀ ਲੋੜ ਜ਼ਿਆਦਾ ਹੈਗੀ, ਜਿਨ੍ਹਾਂ ਨੂੰ ਓਵਰ ਦਾ ਪੀਰੀਅਡ ਆਫ ਟਾਈਮ ਮੈਕਨਾਈਜੇਸ਼ਨ ਆਫ ਐਗਰੀਕਲਚਰ ਆਪਰੇਸ਼ਨਸ ਅਤੇ ਹਰਬੀਸਾਈਡ ਦੇ ਯੂਜ਼ ਨੇ ਈਵਨ ਨੌਕਰੀ ਤੋਂ ਬਾਹਰ ਕੱਢਤਾ। ਗਰੇਵਾਲ ਸਾਹਿਬ ਨੇ ਇੱਕ ਗੱਲ ਕੀਤੀ ਸੀ ਕਿ 2000 ਕਿਸਾਨ ਹਰ ਰੋਜ਼ ਖੇਤੀ 'ਚੋਂ ਬਾਹਰ ਹੋ ਰਿਹਾ, ਇਹ ਗਰੇਵਾਲ ਸਾਹਿਬ ਬਾਹਰ ਨਹੀਂ ਹੋ ਰਹੇ, ਆਪਣੀਆਂ ਸਰਕਾਰਾਂ ਇਹਨਾਂ ਨੂੰ ਬਾਹਰ ਕਰ ਰਹੀਆਂ ਨੇ। ਇਹ ਤੁਹਾਡੇ ਜਨਸੰਖਿਆ ਦੇ ਅੰਕੜਿਆਂ ਮੁਤਾਬਕ 2011 ਮੁਤਾਬਕ 90 ਲੱਖ ਕਿਸਾਨ ਖੇਤੀ 'ਚੋਂ ਬਾਹਰ ਕੀਤਾ ਗਿਆ, ਕੀਤਾ ਗਿਆ, ਹੋਇਆ ਨਹੀਂ ਹੈਗਾ। ਇਹ ਸਾਡੀਆਂ ਸਰਕਾਰਾਂ ਦੀਆਂ UP ਅਤੇ NDA ਦੀਆਂ ਆਰਥਿਕ ਨੀਤੀਆਂ ਨੇ ਜਿਹੜੇ ਕਿਸਾਨਾਂ ਨੂੰ ਉੱਥੋਂ ਕੱਢ ਰਹੀਆਂ ਨੇ, ਉਹੀ ਫਿਰ ਖੁਦਕਸ਼ੀਆਂ ਵੱਲ ਆ ਰਹੇ ਨੇ, ਉੱਧਰ ਨੂੰ ਸਾਰਾ ਅਸੀਂ ਵੱਧ ਰਹੇ। ਆਰਥਿਕ ਨੀਤੀ, ਹਾਂਜੀ, ਇੱਕ ਗੱਲ ਜਿਹੜਾ, ਇੱਕ ਤਾਂ ਜਿਹੜਾ ਕਰਜ਼ ਮੁਕਤੀ ਵਾਲੀ ਗੱਲ ਹੈ, ਉਹਦੇ ਵਿੱਚ ਜਿਹੜੀ ਮੰਗ ਹੈ ਕਿਸਾਨਾਂ ਦੀ, ਉਹਦੇ ਵਿੱਚ ਹਰ ਤਰ੍ਹਾਂ ਦੇ ਕਰਜ਼ਾ, ਜਿਹੜਾ RTA ਦਾ ਜਾਂ ਕਿਸੇ ਪ੍ਰਾਈਵੇਟ ਸਾਹੂਕਾਰ ਦਾ ਕਰਜ਼ਾ, ਉਹ ਵੀ ਗੱਲ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਵੱਡੀ ਘੋਸ਼ਣਾ ਕਰਨ ਜਾ ਰਹੀ ਹੈ ਪ੍ਰਧਾਨ ਮੰਤਰੀ ਨੇ, ਤਾਂ ਬਹੁਤ ਦੇਰ ਪਹਿਲਾਂ ਕਹਿਤਾ ਕਿਸਾਨਾਂ ਦੀ ਇਨਕਮ ਦੁੱਗਣੀ ਕਰਾਂਗੇ। ਹੁਣ ਜਿਹੜੇ ਕੁਛ ਦੇ ਦੇਣਗੇ 5,000 ਰੁਪਇਆ, ਕੁਛ ਤਮਿਲਨਾਡੂ, ਤੇਲਗੂ, ਤੇਲੰਗਾਨਾ ਦੇ ਤਰਜ਼ ਤੇ, ਇਹ ਜੇ ਕੁਛ ਹੋਊਗਾ ਨਾ, ਇਨਕਮ ਦੁੱਗਣੀ ਕਦੋਂ ਹੋਏਗੀ? ਹੁਣ ਤੁਸੀਂ ਇਨਕਮ ਦੁੱਗਣੀ ਨਹੀਂ ਕਰ ਪਾ ਰਹੇ, ਤੁਸੀਂ ਕਿਹਾ ਸੀ, ਵਾਅਦਾ ਕੀਤਾ ਸੀ, ਉਹ ਪੂਰੀ ਨਹੀਂ ਕਰ ਰਹੇ, ਇਸ ਕਰਕੇ ਅਸੀਂ ਥੋੜ੍ਹਾ ਜਿਹਾ ਹਿੱਸਾ ਵਧਾ ਕੇ ਨਗਦ ਪੈਸੇ ਦਾ ਨਾਂ ਲੈ ਕੇ ਅਸੀਂ ਉਹ, ਤੁਸੀਂ ਉਹਨੂੰ ਟੱਪਣਾ ਟੱਕਣਾ ਚਾਹੁੰਦੇ, ਮੋਦੀ ਸਾਹਿਬ ਆਹ ਕਰ ਰਹੇ ਨੇ ਹੁਣ। ਇਹਦਾ ਮਤਲਬ ਇਹ ਹੈ ਵੀ ਕਿਸਾਨਾਂ ਲਈ ਜਿਹੜੇ ਐਲਾਨ ਪਹਿਲਾਂ ਹੋ ਚੁੱਕੇ ਸੀਗੇ ਉਹਨੂੰ ਵੱਡਾ ਕਰਕੇ ਦਿਖਾਇਆ ਜਾ ਰਿਹਾ, ਇਹਦਾ ਮਤਲਬ ਇਹ ਹੈ। ਜਿਵੇਂ MSP ਬਾਰੇ ਹੋਇਆ, MSP ਜਿਹੜੀ ਘੋਸ਼ਣਾ ਕੀਤੀ ਗਿਆਨ ਸਿੰਘ ਜੀ ਨੇ ਕਿਹਾ ਉਹਨੇ ਹੈ ਹੀ ਨਹੀਂ ਸੀ, ਮੋਰਓਵਰ ਜਦੋਂ ਘੋਸ਼ਣਾ ਕਰਤੀ, MSP ਤੇ ਕਿਤੇ ਵੀ ਫਸਲ ਨਹੀਂ ਖਰੀਦੀ ਗਈ। ਹਰਿਆਣਾ ਦੇ ਵਿੱਚ 1,950 ਰੁਪਇਆ, ਹਰਿਆਣਾ, ਰਾਜਸਥਾਨ ਬਾਜਰੇ ਦੀ ਕੀਮਤ ਸੀ, 1,250 ਰੁਪਏ ਤੋਂ 1,300 ਰੁਪਏ ਦੇ ਉੱਤੇ ਨਹੀਂ ਵਿਕੀ। ਤੇ ਜਦੋਂ ਤੁਸੀਂ ਘੋਸ਼ਣਾ ਕਰ ਦਿਓਗੇ ਤੇ ਖਰੀਦੋਗੇ ਨਹੀਂ, ਤੇ ਇਨਕਮ ਦੁੱਗਣੀ ਹੋਏ
यही गल राजीव गदारहरी कह रही है कि एम एस पी जे तुसी ऐलान करदे हो जिहड़ा कीमत तय हुंदी आ उस तय कीमत ते तुसी फसल नहीं लैंदे उह प्रोक्योर नहीं हुंदा बिल्कुल ठीक है मैं एक गल होर ऐड करनी चाहुंदा उहदी गल ना अज रूल कर रही एन डी ए सरकार ने कहा कि 2022 तक असीं आमदन दुगनी कर देंगे सरकार दा आपदा इकनोमिक सर्वे 2016-17 दा उहदे मुताबिक 17 स्टेटां च किसानां दी आमदन 20,000 रुपए पर फैमिली पर एनम है एक साल की 2,000 रुपया भी महीने की नहीं बनती पांच जीआं लई ते जे वह दुगनी भी होजू 800 मिल जूगा एक जी नूं 800 च बंदा जीव लूगा असीं किवें उहनां दी कर्जा मुक्ति करांगे उदों कर्जा माफ़ी भी नहीं होनी इसलिए सानूं तां तेलंगाना वैसे ते उहनूं बदल के छोटे हक भी ज़्यादा उन्होंने उन्नी इनकम देनी पौ जिथे उन्हें मिनीम लोड़ा रिस्पैक्टेबल ढंग ने पूरी हो ठीक है एक छोटा जहा वक्फा लेने वक्त तो वापस आवेंगे ये तेलंगाना का जो मॉडल है जिसका जिक्र हो रहा उसको समझने की कोशिश करा कि मध्य प्रदेश का जिक्र हो रहा उसको समझने की कोशिश करा कि जिक्र तो नहीं है जिते किसान अंदोलन जोड़ा वो गोलीकांड का शिकार हो जाता ब्रेक तो वापस आ रहा सवाल असं इको पूछ रहे आज़ादी तो बाद चोन जितने लसान क्यों हुई धोखे वाली सियासत सुरजीत सिंह सोहैच पार्टी के प्रधान ये गल कहते हैं कि किसानों का एक रुपया भी 4.5 साल च मोदी सरकार ने माफ़ नहीं किया गा मेरा सवाल यह है तुसी किसानों वर्त के सत्ता ते काबज तो नहीं हो जा रहे नहीं किसान समझदार ने जी वो सारी गल समझते हैं अजकल आप ही कही कि पिंड लोगों को पता नहीं है किसान नहीं सारा पता है हूँ तो वो अंदोलन चला रहे हैं मोदी सरकार के खिलाफ कितना अंदोलन चला रहे हैं ये अंदोलन से किसानों का जिस अंदोलन का एक बहुत व्डा रोल है जोड़ा ये ਵੱਡੀਆਂ ਸਟੇਟਾਂ ਜਿਵੇਂ ਰਾਜਸਥਾਨ ਮੱਧ ਪ੍ਰਦੇਸ਼ ਛੱਤੀਸਗੜ੍ਹ 'ਚ ਹਾਰੇ ਨੇ ਕਿਸਾਨ ਅੰਦੋਲਨ ਦਾ ਬਹੁਤ ਵੱਡਾ ਇੱਕ ਕਾਰਨ ਹੈਗਾ ਜਿਸ ਕਰਕੇ ਅੱਜ ਮੋਦੀ ਜੀ ਬੁਖਲਾਏ ਫਿਰਦੇ ਨੇ ਬੁਖਲਾਹਟ ਹੈ ਜੀ ਉਹਨਾਂ ਦੀ ਕਿ ਅਸੀਂ ਇਹ ਹੁਣ ਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਉਹ ਕਰਾਂਗੇ 4.5-5 ਸਾਲ ਦੇ ਵਿੱਚ ਤਾਂ ਕਿਸਾਨਾਂ ਦੀ ਕੋਈ ਯਾਦ ਨਹੀਂ ਆਈ ਜਦੋਂ ਉਸ ਤੋਂ ਹੁਣ ਹਾਰ ਗਏ ਤਾਂ ਉਹ ਸਟੇਟਾਂ ਵਿੱਚ ਅਤੇ ਇਹ ਸਾਹਮਣੇ ਨਜ਼ਰ ਆ ਰਿਹਾ ਉਹਨਾਂ ਦੀਵਾਰ 'ਤੇ ਲਿਖਿਆ ਕਿ 2019 ਗਿਆ ਸਾਡੇ ਕੋਲੋਂ ਸਾਡੀ ਸੱਤਾ ਗਈ ਸਾਡੇ ਕੋਲ ਤੇ ਫਿਰ ਇਸ ਬੁਖਲਾਟ ਦੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬੁਖਲਾਟ ਹੈ ਮੋਦੀ ਸਾਹਿਬ ਨੂੰ ਤੁਹਾਡੀ ਗੱਲ ਮੈਂ ਮੰਨ ਲੈਂਦਾ ਜਦੋਂ ਤੁਸੀਂ ਇਸ ਇਹਦੀ ਗੱਲ ਕਰਦੇ ਸੀਗੇ ਸਵਾਮੀਨਾਥ ਕਮਿਸ਼ਨ ਦੀ ਤੁਸੀਂ ਉਹ ਚੀਜ਼ਾਂ ਲਾਗੂ ਕਰਕੇ ਜਾਂਦੇ ਨਾ ਦੇਖੋ ਜਿੱਥੋਂ ਤੱਕ ਸਵਾਮੀਨਾਥ ਕਿ ਤੁਹਾਨੂੰ ਉਦੋਂ ਕਿਸਾਨ ਸਮਝਦਾਰ ਨਹੀਂ ਲੱਗਦਾ ਸੀ ਨਹੀਂ ਹੁਣ ਤੁਹਾਨੂੰ ਅੱਜ ਕਿਸਾਨ ਸਮਝਦਾਰ ਲੱਗਦਾ ਪਿਆ ਤੁਸੀਂ ਮੰਨ ਕੇ ਚਲੋ ਸਾਡੀ ਸਰਕਾਰ ਨੇ ਯੂਪੀ ਸਰਕਾਰ ਨੇ ਪਹਿਲਾਂ ਇਹ ਲਾਗੂ ਨਹੀਂ ਕੀਤੀਆਂ ਸ਼ਾਰਟ ਕਮਿੰਗ ਜਾਂ ਕਮੀ ਕਿਤੇ ਰਹਿ ਗਈ ਮੰਨ ਕੇ ਚੱਲੋ ਆਪਾਂ ਮੰਨ ਕੇ ਚੱਲਦੇ ਹਾਂ ਜੋ ਇਹ ਸਰਕਾਰ ਵਾਅਦਾ ਕਰਕੇ ਆਈ ਸੀਗੀ ਚੋਣ ਮੈਨੀਫੈਸਟੋ ਦੇ ਵਿੱਚ ਕਿ ਅਸੀਂ ਆਉਂਦੇ ਸਾਰ ਹੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਜੋ ਲਾਗੂ ਹੁਣ ਕਹਿੰਦੇ ਵੀ ਨੇ ਇਹ ਸੁਪਰੀਮ ਕੋਰਟ ਜਾਂ ਫਿਰ ਦਿੱਤਾ ਅਸੀਂ ਨਹੀਂ ਕਰ ਸਕਦੇ ਉਸ ਤੋਂ ਬਾਅਦ ਕਹਿੰਦੇ ਨੇ ਅਸੀਂ ਪਬਲਿਕਲੀ ਕਹਿੰਦੇ ਕਰਤਾ ਅਸੀਂ ਕੀ ਕਰਤਾ ਦੱਸੇ ਤੁਹਾਡੇ ਮਾਸਟਰ ਨੇ ਕਿ ਉਹਦਾ ਜਿਹੜਾ ਫਾਰਮੂਲਾ ਹੈਗਾ ਉਹ ਫਾਰਮੂਲਾ C2+ ਕੀ ਹੈਗਾ ਉਹਦੇ 'ਚ ਜਿਹਦੇ ਵਿੱਚ ਉਹਨਾਂ ਨੇ A2FL ਕੀ ਲਾ ਕੇ ਉਹ ਵੀ ਉਹਦੇ ਵਿੱਚ ਵੀ ਨੇੜੇ ਤੇੜੇ ਵੀ ਨਹੀਂ ਹੈਗਾ ਉਸ ਫਾਰਮੂਲੇ ਤੇ ਆਪਾਂ ਪਹਿਲਾਂ ਡੇਰੇ ਡਿਬੇਟ ਕਰ ਚੁੱਕੇ ਹਾਂ ਡਾਕਟਰ ਜਾਨਸਨ ਤਾਂ ਫਿਰ ਸਮਝ ਲੈਂਦੇ ਝੂਠ ਮੋਦੀ ਜੀ ਬੋਲੀ ਜਾਂਦੇ ਨੇ ਹਜੇ ਵੀ ਲੋਕ ਸਮਝਦੇ ਨੇ ਕਿ ਝੂਠ ਬੋਲ ਰਹੇ ਨੇ ਗਰੇਵਾਲ ਸਾਹਿਬ ਫਿਰ ਵੀ ਨਹੀਂ ਚੁੱਪ ਕਰਦੇ ਗਰੇਵਾਲ ਸਾਹਿਬ ਇਹ ਕਾਂਗਰਸ ਕਹਿ ਰਹੀ ਹੈ ਮੋਦੀ ਸਾਹਿਬ ਝੂਠ ਬੋਲਦੇ ਹੋ ਮੋਦੀ ਸਾਹਿਬ ਕਹਿੰਦੇ ਕਾਂਗਰਸ ਝੂਠ ਬੋਲਦੀ ਤੁਹਾਡੇ 'ਚ ਸੱਚਾ ਹੈ ਕੌਣ ਫਿਰ ਦੇਖੋ ਕਿ ਦੋਨੋਂ ਨਹੀਂ ਸੱਚੇ ਇਕੱਲਾ ਕਿਸਾਨ ਸੱਚਾ ਜਿਹੜਾ ਰੋ ਰਿਹਾ ਮੇਰੀ ਗੱਲ ਸੁਣ ਲਓ ਹਾਂ ਡਾਕਟਰ ਗਿਆਨ ਸਿੰਘ ਕੋਈ ਗੱਲ ਕਹਿਣ ਜਾਂ ਰਾਜੀਵ ਗੁਦਾਰਾ ਜੀ ਕਹਿਣ ਤਾਂ ਮੈਨੂੰ ਸਮਝ ਆਉਂਦੀ ਹੈ ਜਦੋਂ ਕਾਂਗਰਸ ਕਹਿੰਦੀ ਆ ਇਹਨਾਂ ਦੀ ਗੱਲ ਸਮਝ ਨਹੀਂ ਆਉਂਦੀ ਉਹ ਇਸ ਕਰਕੇ ਕਿ ਜੋ ਇਹਨਾਂ ਨੇ ਕਿਹਾ ਸੀ ਸਾਰੇ ਕੋਟਕਾ ਸਾਹਿਬ ਹੱਥ 'ਚ ਪੜ ਕੇ ਮੈਨੀਫੈਸਟੋ 'ਚ ਵੀ ਕਿਹਾ ਕਿ ਕਿਸਾਨਾਂ ਦਾ ਸਾਰਾ ਕਰਜ਼ ਟੋਟਲ ਕਰਜ਼ ਮਾਫ਼ ਕਰਾਂਗੇ ਅਤੇ ਉਹਦੇ ਤੋਂ ਭੱਜ ਗਏ ਨੇ ਫਿਰ ਇਹ ਕਿਹੜੇ ਤਰੀਕੇ ਨਾਲ ਇਹ ਗੱਲਾਂ ਕਰਦੇ ਨੇ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਮੈਂ ਦੂਸਰੀ ਗੱਲ ਜਿਹੜੀ ਡਾਕਟਰ ਗਿਆਨ ਸਿੰਘ ਉਹਨਾਂ ਨੇ 15 ਲੱਖ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਹੁਣ 15 ਲੱਖ ਖਾਤੇ ਜਾਣਗੇ ਅੱਜ ਨਹੀਂ ਗੱਲ ਕੀਤੀ ਉਹ ਭੁੱਲ ਗਏ ਉਹ ਕੋਈ ਨਹੀਂ ਉਹ ਵੀ ਦੱਸ ਦਿਆਂਗੇ ਚੋਣਾਂ ਆਉਣ ਦਿਓ ਮੋਦੀ ਜੀ ਵੀ ਇਸੇ ਲਾਈਨ ਤੇ ਸੋਚ ਰਹੇ ਆ ਸਾਡੀ ਮੀਟਿੰਗ ਦੇ ਅੰਦਰ ਉਹਨਾਂ ਨੇ ਇਹ ਕਿਹਾ ਸੀ ਕਿ ਬਈ ਇਸ ਦੇ ਉੱਪਰ ਪੂਰੇ ਆਪਣੇ ਵਿਚਾਰ ਸਾਰੇ ਦੱਸੋ ਕਿ ਜਿਹੜੀ ਅੱਗੇ ਵਾਸਤੇ ਵੀ ਕਰਜ਼ਾ ਨਾ ਕਿਸਾਨ ਤੇ ਚੜੇ ਔਰ ਉਹ ਕਰਜ਼ਾ ਮੁਕਤ ਵੀ ਹੋ ਜਾਏ ਤੇ ਉਹਦੇ ਬਾਰੇ ਸਾਨੂੰ ਇਹਦੇ ਤੇ ਚਰਚਾ ਕਰਨੀ ਚਾਹੀਦੀ ਆ ਉਸ ਚ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਆਈਆਂ ਸੀ 4.5 ਸਾਲ ਨਹੀਂ ਚੀਜ਼ਾਂ ਸਮਝ ਆਈਆਂ ਗਰੇਵਾਲ ਸਾਹਿਬ ਇਸ ਤਰ੍ਹਾਂ ਜੀ ਕਿਉਂਕਿ ਮੈਂ ਨਹੀਂ ਤੁਸੀਂ ਕਾਂਗਰਸ ਨੂੰ ਜੋ ਮਰਜ਼ੀ ਕਰੋ ਵਧਾਈ ਆ ਗਰੇਵਾਲ ਸਾਹਿਬ ਸਵਾਲ ਬੜਾ ਮਹੱਤਵਪੂਰਨ ਹੈ ਤੁਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਵਾਅਦਾ ਕਰਕੇ ਚੋਣ ਮੈਦਾਨ ਵਿੱਚ ਉਤਰੇ ਸੀਗੇ ਤੁਸੀਂ ਚੋਣਾਂ ਜਿੱਤੀਆਂ ਬਹੁਤ ਵੱਡਾ ਤੁਹਾਨੂੰ ਬਹੁਮਤ ਮਿਲਿਆ ਤੁਸੀਂ ਉਸ ਤੋਂ ਬਾਅਦ 1 ਸਾਲ ਦੇ ਵਿੱਚ ਹੀ ਮੁੱਕਰ ਗਏ ਕਿਉਂ MSP ਜਿੰਨੀ ਅਸੀਂ ਵਧਾਈ ਆ ਅੱਜ ਤੱਕ ਕਿਸ ਸਰਕਾਰ ਨੇ ਨਹੀਂ ਵਧਾਈ ਪਹਿਲੀ ਗੱਲ ਤਾਂ ਇਹ
दूजे पासे मोदी साहब जो राहुल गांधी से सवाल चुकते हैं कांग्रेस से सवाल चुकते हैं कहते ने कुछ नहीं किया असी करांगे मतलब की है मतलब यह है किसानों की आवाज ने सरकार पार्टियां सत्ता की इस लगे लोगों मजबूर किया है कि तुहानू किसानां दी गल करनी पएगी हुण की है वह गल करन लग्या क्योंकि उन्होंने आपका मन नहीं गा आपका विचार आपकी नीयत हो जी नहीं गई इस करके बहानेबाजी करते हैं कितें घोषणा करते हैं फिर लागू नहीं करते कितें घोषणा करते हैं तो उहदे च आंकड़िया का खेल करते हैं हुण तुसीं तेलंगाना की गल कर रहे सी तेलंगाना के आंकड़े भी ज्ञान सिंह जी ठीक करनगे जी मैं गल तो आता करीब 16,124 करोड़ रुपए का कर्जा माफ होया 35.30 लाख लोगों का फार्मर्स का सेंटर गवर्नमेंट पहला ये करेगी फिर बड़ा ऐलान करेगी ना जिसकी गल कर रहे हो ये तो किसान कह रहे हैं कर्ज मुक्ति का मतलब है जिन्ना कर्जा किसानी दे उते किसान दे उते किसानी दे मकसद वास्ते है विलासता वास्ते नहीं किसी ने महल खड़ा कर लिया वो वास्ते नहीं किसानी परपज ना सारा कर्जा वो लाइन फेरो उस तो बाद इनकम बधा दो हूँ इनकम बधाने फिर यह सवाल आएगा कि बधाई जाए जिहड़ी आमदन दुगुनी करन दी गल है जिहड़ी MSP 1.5 गुणा करन दी गल है लागत तो उस दे मुताबिक उस तो कट करते हैं कि उस तो बद करते हैं जिवें मैं बाजरे तो तुहानू उदाहरण देन जा रहा 1950 रुपए MSP तय हुई इस साल जिसे नहीं खरीदया गया जो साढ़े करीब 10 क्विंटल बाजरे एक एकड़ से होंगे 19,500 रुपए का बनता है खरीदे इन्होंने 1,250 हिसाब न बनया 12,500 तो हमें 7,000 का फर्क हो गया ना तेलंगाना ने शायद 4,000 रुपया पर एकड़ पर क्रॉप किया जो 2 क्रॉप हो 8,000 रुपया होया 5,000 कर हूँ जो 5,000 कर देंगे तो मतलब 10,000 रुपये एकड़ ला लो इतने का एक फसल भी 7,000 का नुकसान है उदो है जो MSP ठीक फॉर्मूला अपलाई करके लागत का ठीक रजिस्ट्रेशन करके जिद जमीन का किराया भी जमीन का ठेका भी जमीन की कीमत भी नाल लानी है वह नहीं जोड़ के तुम तय कर रहे हो जिदनों जोड़ के करोगे तो थोड़े का वो भी ज़्यादा बनता है अल्टीमेटली की है तुम कट्ठा दो रेट बधाओ तो जिमें भी करो वो इनकम जो नहीं बदती इनकम इन्नी नहीं हो जाती जिदे नाल जीस के इज्जत नाल आपके बच्चे पढ़ा सके आपकी हैल्थ स्वास्थ्य की चिंता कर सके वो पिंड के जीवन मतलब एक सभ्य नागरिक की तरह तो वधिया तरीके गरिमापूर्ण जीवन जीण की हालत नहीं पैदा करते तो किसानी का कुछ नहीं हो सकता उदों तक तुहानू मंग बाजी भी है तो लड़नी पएगी तो सरकारों नू मनना पएगा जे किसान जाग गया ठीक है डॉक्टर ज्ञान सिंह राजीव गरा ने एक गल कही है कि एक बार तो कर्ज तो लीक मारनी पवेगी तो दूजी गल है जो किसानों की आमदन दुगनी करनी है जो रहन सहन जोगा बना है तो सानू उन काम करना पवेगा कि साढ़े देश का अर्थचारा साढ़े मुल्क का अर्थचारा ये इजाजत दिता है कि सारे किसानी के कर्जे तो लीक मारी जाए तो उस तो बाद एक जी नीति ठोस नीति पहल हैगी है उसनों अमली जामा पहना के किसानों की आमदन वाल सानू ध्यान देना चाहिए कि साडा अर्थचारा इजाजत दिता है या नहीं दिता यह सवाल मेरा पुट्ठा भी हो सकता है क्योंकि तुम फिर कहो कारपोरेट वाले तो दिता है जो किसानों की गल आती फिर यहोजे सवाल आते क्यों KP सिंह जी गल है कि साडा अर्थचारा इदू वध इजाजत दिता है पर दोने UPA ते NDA 2008 तो कारपोरेट सैक्टर के सरमायादार जोड़ा है 1.86 लाख करोड़ की स्टिमुलस पैकेज दे रहा है इकोनॉमिक स्टिमुलस पैकेज भाव पिछले 10 साल 18,60,000 करोड़ रुपए का स्टिमुलस पैकेज दिता गया वो दोनों सरकार शामिल ने अज वाली नहीं पिछली भी बराबर है वह करते हैं जे 18,60,000 रुपए चो ये अद्धा पैसा भी वरत लेंदे तो किसानों की कर्जा मुआफ़ी हो सकती थी मैं तो गल करजा करजे करजा मुआफ़ी की नहीं कर रहा करजा मुक्ति की कर रहा है दो टर्म होंगे इंग्लिश एक आप लोन कहने दूजे डेट कहने लोन तो डिजायरेबल होंगे है जो उस समय के नाम उड़े तो डेट है उधार तो करजा उधार तो रहूगा ही रहूगा आधार होना भी चाहिए कोई गल नहीं पॉजिटिव होंगे पर करजा नहीं होना चाहिए जे असी है अज 10 लाख करोड़ रुपए का NPA है जे उस हेयर कट भी कर लिया हालांकि हेयर कट कला सरमायदार के किस से होंगे बाकी वर्किंग क्लास के कहते हेयर कट नहीं होंगे बद तो बद 2 लाख करोड़ रुपए का होगा 8 लाख उन्होंने माफ़ कर दिया जाऊगा किन्ने किसान जेलों गए हैं किन्ने किसानों की जमीन की कुरकी हुई है तो मैनू तो दूर दूर तक कोई सरमायदार नहीं फिर तुम एक गल कहने कि सा मुल्क इदू वध भी इजाज दिता एक गल कही है ना इदू वध कि इकोनमी इजाज दी है फिर अर्थशास्त्री कि डराते पे है
ਉਹ ਅਰਥਸ਼ਾਸਤਰੀਆਂ ਨੂੰ ਮੈਂ ਸਰਕਾਰੀ ਦਰਬਾਰੀ ਤੇ ਜਗਾੜੀ ਕਹਿਣਾ, ਜਿਹੜੇ ਇਹਨਾਂ ਪਾਰਟੀਆਂ ਲਈ ਅੰਕੜੇ ਬਣਾਉਂਦੇ ਨੇ, ਨਤੀਜਾ ਪ੍ਰਮੁੱਖ ਅਧਿਐਨ ਕਰਦੇ ਨੇ ਤੇ ਦਰਬਾਰ ਦੇ ਵਿੱਚ ਪੇਸ਼ ਹੁੰਦੇ ਆ ਤੇ ਫਿਰ ਛੋਟੀ ਛੋਟੀਆਂ ਰਾਇਤਾਂ ਲੈਂਦੇ ਨੇ, ਉਹ ਬੰਦੇ ਨੇ ਉਹ ਤਾਂ। ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਫਿਰ ਤੋਂ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ ਕਿ ਕਿਸਾਨਾਂ ਲਈ ਖਜ਼ਾਨਾ ਖੁੱਲ੍ਹੇਗਾ, ਖਜ਼ਾਨਾ ਸਾਡਾ ਆਜ਼ਾਦ ਦਿੰਦਾ ਜਾਂ ਨਹੀਂ ਦਿੰਦਾ ਗਾ, ਇਹ ਸਵਾਲ ਪੁੱਛਿਆ ਜਾ ਰਿਹਾ ਹੈਗਾ ਅਤੇ ਡਾਕਟਰ ਗਿਆਨ ਸਿੰਘ ਹਰੀ ਕਹਿੰਦੇ ਕਿ ਸਾਡੀ ਇਕੋਨਮੀ ਆ ਜਿਹੜੀ ਉਹ ਇਜਾਜ਼ਤ ਦਿੰਦੀ ਹੈਗੀ ਆ, ਪਰ ਉਸ ਇਜਾਜ਼ਤ ਤੋਂ ਬਾਅਦ ਕੀ ਅਸੀਂ ਜ਼ਮੀਨੀ ਹਕੀਕਤ 'ਤੇ ਉਸ ਤਰੀਕੇ ਨਾਲ ਕੰਮ ਕਰ ਪਾ ਰਹੇ ਹਾਂ ਕਿ ਸਾਨੂੰ ਦੁਬਾਰਾ ਇੱਕ ਕਰਜ਼ ਮਾਫ਼ੀ ਵਾਲੀ ਲੀਕ ਹੈ ਜਿਹੜੀ ਨਾ ਮਾਰਨੀ ਪਵੇ? ਕੀ ਅਸੀਂ ਉਸ ਪਾਸੇ ਵੱਲ ਜਾਵਾਂਗੇ ਕਿ ਨਹੀਂ ਜਾਵਾਂਗੇ? ਕਿਉਂਕਿ ਬਹੁਤ ਸਾਰੇ ਸਵਾਲ ਹੈ ਕਿਸਾਨੀ ਦੇ ਨਾਲ ਖੜ੍ਹੇ ਹੋਏ ਆ, ਕਿਸਾਨੀ ਸਾਡੇ ਅਰਥਚਾਰੇ ਦਾ ਸੰਕਟ ਆ ਉਹ ਦੂਰ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ, ਅਤੇ ਕਿਸਾਨੀ ਨੂੰ ਅਸੀਂ ਸੰਕਟ 'ਚੋਂ ਕੱਢ ਸਕਦੇ ਨਹੀਂ ਕੱਢ ਸਕਦੇ? ਅੱਜ ਇਹ ਦੋ ਵੱਡੇ ਸਵਾਲ ਆ, ਬ੍ਰੇਕ ਤੋਂ ਵਾਪਸ ਆ ਕੇ ਇਹ ਪੁੱਛਾਂਗੇ ਜ਼ਰੂਰ। ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਆਜ਼ਾਦੀ ਤੋਂ ਬਾਅਦ ਚੋਣ ਜਿੱਤਣ ਲਈ ਕਿਸਾਨਾਂ ਨਾਲ ਕਿਉਂ ਹੋਈ ਧੋਖੇ ਵਾਲੀ ਸਿਆਸਤ? ਅਰਜੀਤ ਸਿੰਘ ਗਰੇਵਾਲ, ਤੁਸੀਂ ਕਾਂਗਰਸ 'ਤੇ ਇਲਜ਼ਾਮ ਲਾਇਆ, ਪੰਜਾਬ ਦੀ ਕਾਂਗਰਸ ਸਰਕਾਰ 'ਤੇ ਇਲਜ਼ਾਮ ਲਾਇਆ, ਸਵਾਲ ਇਹ ਹੈਗਾ ਪੰਜਾਬ ਵਿੱਚ ਕਿਸਾਨਾਂ ਲਈ ਕਾਂਗਰਸ ਨੇ ਕੁਛ ਨਹੀਂ ਕੀਤਾ? ਨਹੀਂ ਕੀਤਾ, ਕੁਝ ਵੀ ਨਹੀਂ ਕੀਤਾ। ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ, ਜੋ ਵਾਅਦਾ ਕੀਤਾ ਸੀ ਉਹ ਨਹੀਂ ਪੂਰਾ ਕੀਤਾ। ਮੋਦੀ ਸਾਹਿਬ ਨੇ ਕਿਹਾ ਪੰਜਾਬ 'ਚ ਕਿਸਾਨਾਂ ਨੂੰ ਹੁਣ ਤੱਕ ਕੁਝ ਨਹੀਂ ਮਿਲਿਆ। ਬਿਲਕੁਲ, ਬਹੁਤ ਨੋਮੀਨਲ ਜਿਹਾ ਹੈਗਾ ਉਹ, ਪੂਰਾ ਪੂਰਨ ਕਰਜ਼ਾ ਮਾਫ਼ੀ ਜੇ ਹੁੰਦੀ ਤਦ ਹੀ ਕਿਸਾਨ ਬਚਦਾ। ਉਸ ਦੇ ਬਾਵਜੂਦ ਵੀ ਕਿਸਾਨ ਸੁਸਾਈਡ ਕਿਉਂ ਕਰ ਰਿਹਾ? ਜੇ ਕਿਸਾਨ ਲਈ ਕੁਛ ਕਰਦੇ ਤਾਂ ਸੁਸਾਈਡ ਨਹੀਂ ਹੋਣੇ ਸੀ। ਤਾਂ ਕੱਲਾ ਸਟੇਟ ਦੀ ਪਾਲਿਸੀ ਜ਼ਿੰਮੇਵਾਰ ਹੈ ਜਾਂ ਕਾਂਗਰਸ ਸਰਕਾਰ ਦੇ ਵਾਅਦੇ ਜ਼ਿੰਮੇਵਾਰ ਹੈ? ਕੇਂਦਰ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ। ਇੱਕ ਮਿੰਟ, ਇਹ ਜਿਹੜੀ ਪਾਲਿਸੀ ਆ ਇਹ ਲੰਬੇ ਸਮੇਂ ਤੋਂ, ਜਦੋਂ ਦੇ ਅਸੀਂ ਆਜ਼ਾਦ ਹੋਏ ਹਾਂ, ਜਿਨ੍ਹਾਂ ਨੇ ਲੰਬਾ ਸਮਾਂ ਰਾਜ ਕੀਤਾ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਕਿਸਾਨ ਲਈ ਸ਼ੁਰੂ ਤੋਂ ਹੀ ਪਾਲਿਸੀ ਗਲਤ ਬਣੀ ਹੈ। ਅਤੇ ਜੇ ਤੁਸੀਂ ਠੀਕ ਕਰ ਦਿੰਦੇ ਗਰੇਵਾਲ ਸਾਹਿਬ, ਕਿਸ ਤਰ੍ਹਾਂ ਜਿੰਨੀ ਸਾਡੀ ਥੋੜ੍ਹੇ ਥੋੜ੍ਹੇ ਟਾਈਮ ਲਈ ਵਿੱਚ ਸਰਕਾਰ ਆਈ ਹੈ, ਜਿੰਨੀ ਕੋਸ਼ਿਸ਼ ਹੋਈ ਉੰਨੀ। ਗਰੇਵਾਲ ਸਾਹਿਬ ਅਸੀਂ ਕਹੋ ਤਿੱਕਰ ਇਹ ਕਹਿ ਕੇ ਪਿੱਛਾ ਛੁਡਾਉਂਦੇ ਰਹਾਂਗੇ ਕਿ ਜਿਨ੍ਹਾਂ ਨੇ ਲੰਬਾ ਸਮਾਂ ਰਾਜ ਕੀਤਾ, ਇਹ ਤਾਂ ਹੁਣ ਸਾਨੂੰ ਗੱਲ ਛੱਡਣੀ ਪੈਣੀ ਹੈ। ਇੱਕ ਹੀ ਕੀਤੀ ਸੀ ਉਹ ਤਾਂ ਪੁੱਛੋ, ਅਸੀਂ ਪਿੱਛਾ ਕੋਸ਼ਿਸ਼ ਕੀਤੀ, ਅਸੀਂ ਪਿੱਛਾ ਨਹੀਂ ਛੁਡਾ ਰਹੇ, ਅਸੀਂ ਪੂਰੇ ਦਾ ਪੂਰਾ ਰੋਡ ਮੈਪ ਦੇਣ ਜਾ ਰਹੇ ਹਾਂ ਔਰ ਇਹ ਜਲਦੀ ਪ੍ਰਧਾਨ ਮੰਤਰੀ ਜੀ ਦੱਸ ਦੇਣਗੇ ਰੋਡ ਮੈਪ ਦੇਣ ਜਾ ਰਹੇ ਕੀ ਕਰਨਾ। ਅਸੀਂ ਤਾਂ ਪੂਰਾ ਦੱਸਾਂਗੇ, ਐਂਡ ਆਫ ਦੀ ਰੋਡ, ਐਂਡ ਆਫ ਦੀ ਰੋਡ, ਰੋਡ ਮੈਪ ਦੇਣ ਜਾ ਰਹੇ ਨੇ। ਮੈਂ ਕਿਹਾ ਐਂਡ ਆਫ ਦੀ ਰੋਡ ਹੈ, ਤੁਸੀਂ ਰੋਡ ਦਾ ਕੰਮ ਕਰਦੇ ਹੋ। ਹਾਂ ਬੋਲੋ, ਮੈਂ ਇੱਕ ਰਿਕੁਐਸਟ ਕਰਨਾ ਹੈ ਤੁਹਾਨੂੰ, ਇਹ ਤੁਸੀਂ ਰੋਡ ਮੈਪ ਦੇਣ ਜਾ ਰਹੇ ਹੋ, ਇਹ ਇੱਕ ਸਾਡੇ ਆਮ ਲੋਕਾਂ ਦੀ ਮਦਦ ਕਰੋ, ਵਰਕਿੰਗ ਕਲਾਸ ਦੀ ਮਦਦ ਕਰੋ, ਇਹਨੂੰ ਲੀਗਲ ਡਾਕੂਮੈਂਟ ਬਣਾ ਦਿਓ। ਬਿਲਕੁਲ ਠੀਕ ਹੈ, ਸੰਸਦ ਦੇ ਵਿੱਚ ਬਿੱਲ ਪੈਂਡਿੰਗ ਨੇ, ਨਹੀਂ ਲੀਗਲ ਡਾਕੂਮੈਂਟ ਬਣਾ ਦਿਓ, ਫਿਰ ਸੰਸਦ ਵਿੱਚ ਬਿੱਲ ਪੈਂਡਿੰਗ ਹੈ, ਵੀ ਕੰਮ ਬੜਾ ਈਜ਼ੀ ਨਹੀਂ ਕਰ ਸਕਦੇ ਨੇ ਹੁਣ। ਲਾਗੂ ਨੀ ਕੀਤਾ ਗਾ, ਦੇਖੋ ਤੁਸੀਂ ਵਾਰ ਵਾਰ ਤੁਸੀਂ ਜਿਹੜੀ ਗੱਲ ਇਹ ਕਹਿੰਦੇ ਨਾ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਰਾਜ ਕੀਤਾ ਅਸੀਂ ਕੀ ਕਰੀਏ, ਉਹਨਾਂ ਨੇ ਪਾਲਿਸੀ ਬਣਾਉਣੀ ਸੀ, ਤੁਸੀਂ ਇਹ ਕਹਿੰਦੇ ਹੋ ਕਿ ਸਾਨੂੰ ਪਿਛਲੀ ਸਰਕਾਰ ਖਜ਼ਾਨਾ ਖਾਲੀ ਦੇ ਕੇ ਗਈ ਹੈ, ਤੁਹਾਨੂੰ ਪਤਾ ਨਹੀਂ ਹੁੰਦਾ ਦੋਨਾਂ ਸਰਕਾਰਾਂ ਨੂੰ, ਜੋ ਸੱਤਾ ਬਦਲਦੀ ਪਤਾ ਹੀ ਨਹੀਂ ਹੁੰਦਾ ਗਾ ਵੀ ਸਾਡੇ ਕੋਲ ਹੈ ਕੀ ਹੈ ਤੇ ਦੇਣਾ ਕੀ ਹੈ, ਉਵੇਂ ਵਾਅਦੇ ਕਰ ਦਿੰਦੇ ਤੁਸੀਂ। ਤੁਸੀਂ ਥੋੜ੍ਹਾ ਜਿਹਾ ਹੁਣ ਟਾਈਮ ਦਿਓ। ਹਾਂ ਬੋਲੋ, ਪਹਿਲੀ ਗੱਲ ਤਾਂ ਇਹ ਹੈਗੀ ਹੈ, ਜੋ ਅਸੀਂ ਪੰਜਾਬ 'ਚ ਵਾਅਦਾ ਕੀਤਾ ਸੀਗਾ, ਮੈਨੂੰ ਕੋਈ ਹਿਚਕਚਾਹਟ ਨਹੀਂ ਹੈਗੀ ਇਹਦੇ 'ਚ ਮੰਨਣ 'ਤੇ, ਅਸੀਂ ਆਪਣੇ ਵਾਅਦੇ 100% ਪੂਰੇ ਨਹੀਂ ਕਰ ਸਕੇ, ਅਸੀਂ ਵੀ ਯਾਰ ਪਿੱਛੇ ਹੈਗੇ ਉਹਦੇ ਕਾਫੀ, ਅਤੇ ਅਸੀਂ ਲੇਕਿਨ ਕਰਨ ਜਾ ਰਹੇ ਕਰਾਂਗੇ। ਨੰਬਰ ਇੱਕ, ਨੰਬਰ ਦੋ, ਖੇਤੀ 2022 'ਚ ਤਾਂ ਨਹੀਂ ਕਰੋ? ਸੁਣਨਾ ਸੁਣ, ਮਾੜਾ ਜਿਹਾ ਮੈਨੂੰ ਇਹ ਦੱਸ ਦਿਓ, ਕਿਉਂਕਿ ਇਹ ਵੀ ਚੋਣ ਨੰਬਰ 'ਚ ਕਰ ਰਹੇ ਆ, ਕਿਉਂ ਕਰ ਰਹੇ ਆ? ਨਹੀਂ ਨਹੀਂ ਨਹੀਂ, ਸਾਡੇ ਕੋਲ ਤਾਂ ਟਾਈਮ ਅਜੇ ਬਹੁਤ ਪਿਆ ਸੀ, ਉਸ ਤੋਂ ਪਹਿਲਾਂ ਕਰਾਂਗੇ, ਪਹਿਲਾਂ ਕਰਾਂਗੇ। ਦੂਜੀ ਗੱਲ ਇਹ ਹੈਗੀ ਹੈ, ਮੈਂ ਡਾਕਟਰ ਗਿਆਨ ਸਿੰਘ ਨਾਲ ਇਸ ਗੱਲ ਨਾਲ ਬਿਲਕੁਲ ਸਹਿਮਤ ਹੈਗਾ ਕਿ ਹੁਣ ਤੀਕਰ ਚਾਹੇ ਸਰਕਾਰ ਕਾਂਗਰਸ ਦੀ ਰਹੀ ਸੈਂਟਰ 'ਚ, ਚਾਹੇ ਕਿਸੇ ਹੋਰ ਦੀ ਰਹੀ ਹੈ, ਜਿਹੜੀਆਂ ਪੋਲਿਸੀਜ਼ ਬਣੀਆਂ ਨੇ ਇਹ ਕਿਸਾਨ ਫੋਕਸਡ ਪੋਲਿਸੀ ਨਹੀਂ ਬਣੀਆਂ, ਸੈਂਟਰ 'ਚ ਨਹੀਂ ਕਿਸਾਨ ਕਿਤੇ ਰਿਹਾ ਹੈਗਾ, ਕਿਸੇ ਇੰਡਸਟਰੀ ਨੂੰ ਬੈਨੀਫਿਟ ਵਾਸਤੇ, ਕਿਸੇ ਹੋਰ ਵਾਸਤੇ। ਇੱਕ ਤਾਂ ਅਸੀਂ ਖੇਤੀ ਨੂੰ ਇੰਡਸਟਰੀ ਨਹੀਂ ਮੰਨਿਆ ਹੁਣ ਤੱਕ, ਇਹ ਬਹੁਤ ਜਿਹੜੇ ਕਿਸਾਨ ਦੇ ਸਿਰ ਤੇ ਅਸੀਂ ਜਿਉਂਦੇ ਹਾਂ, ਗੱਲ ਪੂਰੀ ਕਰ ਲੈਣ ਦਿਓ, ਫਿਰ ਤੁਸੀਂ ਵਿੱਚੋਂ ਜੋ ਮਰਜ਼ੀ ਪੁੱਛੋ। ਕਿਉਂਕਿ ਖੇਤੀ ਕਿਹੋ ਜਿਹਾ ਹੈਗਾ, ਇੱਦਾਂ ਦਾ ਬੇਸ਼ੱਕ ਸਟੇਟ ਦਾ ਹੈਗਾ, ਲੇਕਿਨ ਫਿਰ ਵੀ ਇਹਦੇ ਵਿੱਚ ਕਿਉਂਕਿ ਸਾਰੇ ਇਨਪੁੱਟਸ ਨੇ, ਮਸ਼ੀਨਰੀ ਜਿਹੜੀ ਹੈਗੀ ਹੈ, ਸਾਰਿਆਂ ਦੇ ਰੇਟਸ ਸੈਂਟਰ ਗੌਰਮੈਂਟ ਫਿਕਸ ਕਰਦੀ ਹੈ, ਇਕੱਲੀ ਸਟੇਟ ਇਹਦੇ ਵਿੱਚ ਕੁਛ ਨਹੀਂ ਕਰ ਸਕਦੀ ਹੈਗੀ ਹੈ। ਸਾਡੀ ਸੈਂਟਰ ਸਰਕਾਰ ਨੂੰ, ਗੌਰਮੈਂਟ ਨੂੰ ਇਹਦੇ ਵਾਸਤੇ ਕਿਸਾਨ ਫੋਕਸਡ ਪੋਲਿਸੀ ਹੈ ਸਾਡੀ, ਅਸੀਂ ਜਿਹੜੀ ਵਾਅਦੇ ਕਰ ਰਹੇ ਹਾਂ। ਅੱਗੇ ਵੀ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਸਾਡੀ ਜਿਹੜੀ ਹੁਣ ਅੱਗੇ ਪੋਲਿਸੀਆਂ ਆਉਣਗੀਆਂ ਉਹ ਡਿਫਰੈਂਟ ਕਿਸਾਨ ਸੈਂਟਰਡ, ਕਿਸਾਨ ਫੋਕਸ ਹੋਣੇ, ਇੱਕ ਗੱਲ। ਦੂਜੀ ਗੱਲ ਜਿਹੜੀ ਹੈਗੀ ਹੈ, ਜਿਵੇਂ ਟੈਕਸਿਸ ਦੀ ਗੱਲ ਹੈਗੀ ਹੈ, ਹਜੇ ਵੀ GST ਜਿਹੜਾ ਹੈਗਾ, ਕਾਫੀ ਜਿਹੜੀ ਖੇਤਾਂ, ਜਿਹੜੀ ਟਰੈਕਟਰ ਦੀ ਮਸ਼ੀਨਰੀ ਆ, ਹੋਰ ਹੈਗੇ ਇਕਵਿਪਮੈਂਟਸ ਹੈਗੇ ਨੇ, ਉਹਦੇ ਵੀ ਟੈਕਸ ਬਹੁਤ ਜ਼ਿਆਦਾ ਹੈਗਾ। GST ਦੇ ਵਿੱਚ ਵੀ ਟੈਕਸ ਜ਼ਿਆਦਾ, ਕਦੇ ਘਟਿਆ ਨਹੀਂ ਹੈਗਾ, ਉਹ ਵੀ ਸਾਨੂੰ ਦੇਖਣਾ ਪਏਗਾ। ਜਿੱਥੇ ਡੀਜ਼ਲ ਦਾ ਪ੍ਰਾਈਸਿਸ ਹੈਗੇ ਨੇ, ਉਹ ਵੀ ਤੁਸੀਂ ਇਹ ਕਹਿੰਦੇ ਨੇ ਅਸੀਂ ਦੁੱਗਣੀ ਕਰਤੀ ਫਸਲ ਰੇਟ ਵਧਾ ਤੇ MSP, ਤੁਸੀਂ ਨਾਲ ਨਾਲ ਡੀਜ਼ਲ ਦੇ ਪ੍ਰਾਈਸਿਸ, ਨਾਲ ਨਾਲ ਦਵਾਈਆਂ ਦੇ,
ਹੋਰ ਜਿਹੜੇ ਹੈਗੇ ਆ DAP ਵਗੈਰਾ ਹੋਰ ਹੈਗੇ ਆ ਉਹਦੇ ਦੇਖੋ ਰੇਟ ਮਿਲਾ ਕੇ ਜੇ ਤੁਸੀਂ ਉਹ ਰੇਟ ਦਾ ਕੰਪੈਰੀਜ਼ਨ ਕਰੋਗੇ ਤਾਂ ਇਹ ਜਿਹੜਾ ਐਮਐਸਪੀ ਕਿ ਸੂਬਾ ਸਰਕਾਰ ਕੱਲੀ ਕੋਈ ਸੂਬਾ ਸਰਕਾਰ ਕੱਲੀ ਕੋਈ ਨਹੀਂ ਕਰ ਸਕਦੀ ਨਹੀਂ ਸਰ ਕੋਈ ਗੱਲ ਨਹੀਂ ਕਰ ਸਕਦੀ ਡਾਕਟਰ ਗਿਆਨ ਸਿੰਘ ਇੱਕ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਗੱਲ ਮੰਨੀ ਆ ਕਿ ਅਸੀਂ ਉਹਨੂੰ 100% ਪੂਰਾ ਨਹੀਂ ਕਰ ਸਕੇ ਜੋ ਅਸੀਂ ਵਾਅਦਾ ਕੀਤਾ ਸੀਗਾ ਪਰ ਇਸ ਇਮਾਨਦਾਰੀ ਦੇ ਵਿਚਾਲੇ ਮੈਨੂੰ ਡਿਪਲੋਮੈਸੀ ਜ਼ਿਆਦਾ ਦਿਖਦੀ ਪਈ ਹੈ ਕਿ ਅਸੀਂ ਇਹ ਕਹਿਤਾ ਕਿ 100% ਪੂਰਾ ਨਹੀਂ ਕਰ ਸਕੇ ਪਰ ਇਹ ਦੱਸਿਆ ਨਹੀਂ ਅਸੀਂ ਪੂਰਾ ਕੀਤਾ ਨਹੀਂ ਮੈਂ ਦੱਸਦਾ ਕਿੰਨਾ ਕੀਤਾ ਮੈਂ ਜਲਦੀ ਜਲਦੀ ਨਾ ਗੁਣਾ ਤਕਸੀਮਾਂ ਕੀਤੀਆਂ ਨੇ ਇਹਨਾਂ ਨੇ ਸਾਰਾ ਹੀ 3.6% ਮਾਫ ਕੀਤਾ ਜਿੰਨਾ ਵਾਅਦਾ ਕੀਤਾ ਸੀ ਕਿਉਂਕਿ 2014-15 'ਚ ਮੈਂ ਅਤੇ ਮੇਰੇ ਸਹਿਯੋਗੀਆਂ ਨੇ ਇੱਕ ਸਰਵੇ ਕੀਤਾ ਸੀ ਪੰਜਾਬ ਦਾ ਜਿਹਦੇ ਮੁਤਾਬਕ 2014-15 70,000 crore ਰੁਪਏ ਦਾ ਕਰਜ਼ਾ ਸੀ ਠੀਕ ਹੈ ਮੈਂ ਪੜ੍ਹਿਆ ਵੀ ਸੀ ਜਿਹੜਾ ਹੈਗਾ ਉਹ ਹੁਣ 1,00,000 crore ਦੇ ਨਜ਼ਦੀਕ ਉਮੀਦ ਹੈ ਹੁਣ ਤੱਕ ਪੰਜਾਬ ਸਰਕਾਰ ਨੇ 3,595 crore ਰੁਪਏ ਦਾ ਇਹਨਾਂ ਦੇ ਅੰਕੜੇ ਨੇ ਬਾਕੀ ਕਹਿ ਕੇ ਤੋਂ ਪਤਾ ਲੱਗੂ ਕਿੰਨਾ ਬਣਦਾ ਉਹਨਾਂ ਕਲੇਮ ਕੀਤਾ 3,600 crore ਉਹ ਫਿਰ 3.6% ਬਣ ਗਿਆ ਜੇ 100% ਦਾ ਵਾਅਦਾ ਕਰਕੇ 3.6 ਕੀਤਾ ਮੈਂ ਇਸ ਗੱਲ ਨੂੰ ਵੀ ਐਪਰੀਸ਼ੀਏਟ ਕਰਦਾ ਕਿ ਕੁਛ ਤਾਂ ਕੀਤਾ ਪਰ ਵਾਅਦਾ ਬਹੁਤ ਵੱਡਾ ਹੈਗਾ ਅਤੇ ਰਿਓੜੀਆਂ ਦੇ ਕੇ ਸਾਰਤਾ ਰਿਓੜੀਆਂ ਨਾਲ ਐਵੇਂ ਸਰਨਾ ਨਹੀਂ ਹੈਗਾ ਜੇ ਵਾਅਦੇ ਮੈਂ ਤਾਂ ਹੀ ਕਹਿੰਦਾ ਉਹਨੂੰ ਲੀਗਲ ਡਾਕੂਮੈਂਟ ਅਪਣਾਓ ਇਲੈਕਸ਼ਨ ਮੈਨੀਫੈਸਟੋ ਨੂੰ ਤਾਂ ਗੱਲ ਹੋਵੇ ਤਾਂ ਕਿਤੇ ਗੱਲ ਬਣਨੀ ਹੈ ਨਹੀਂ ਤਾਂ ਆਪਾਂ ਬਹੁਤ ਧੋਖਾ ਕਰ ਰਹੇ ਹਾਂ ਜਿਵੇਂ ਮੋਦੀ ਸਾਹਿਬ ਨੇ ਡਬਲ ਇਨਕਮ ਕਰਨੀ ਹੈ ਡਬਲ ਦਾ ਹਲੇ 3-4% ਵਧਾਤਾ ਹੈ ਅਤੇ ਬਾਕੀ ਰਹਿੰਦਾ ਹਲੇ ਇਸੇ ਤਰ੍ਹਾਂ ਇਹਨਾਂ ਨੇ ਜਿਹੜਾ 100% ਮਾਫ਼ ਕਰਨਾ ਸੀ ਉਹਦਾ 3.6 ਮਾਫ਼ ਕਰਤਾ ਬਾਕੀ ਰਹਿੰਦਾ ਇੱਕੋ ਲਾਈਨ ਜਿਹੜਾ ਦੂਜਾ ਇਹ ਗੱਲ ਕਰ ਰਹੇ ਸੀ ਨਾ ਸਿਵਾਜ ਸਾਹਿਬ ਪੋਲਿਸੀ ਕਿਸਾਨ ਫੋਕਸਡ ਨਹੀਂ ਹੈਗੀ ਕਿਸਾਨ ਸੈਂਟ੍ਰਿਕ ਕਿਉਂ ਸਿਵਾਜ ਸਾਹਿਬ ਹੈ ਨਾ ਤੁਹਾਡੇ ਰਾਜ ਦੇ ਵਿੱਚ ਤਾਂ ਹੈਗੀ ਹੁਣ ਵੀ ਹੈਗੀ ਤੁਹਾਨੂੰ ਭੁੱਲ ਗਿਆ ਜਿਹੜਾ ਲੈਂਡ ਐਕੁਇਸ਼ਨ ਸੀਗਾ ਉਹ ਜਿਹੜਾ ਜਿਵੇਂ ਤੁਸੀਂ ਕਰਦੇ ਰਹੇ 13 'ਚ ਆ ਕੇ ਤੁਸੀਂ ਕਾਨੂੰਨ ਬਣਾਇਆ ਬਹੁਤ ਸੋਹਣਾ ਕਾਨੂੰਨ ਬਣਾਇਆ ਬਹੁਤ ਤਾਰੀਫ ਹੋਈ ਜਿਹਨੂੰ ਬਚਾਉਣ ਵਾਸਤੇ ਮੋਦੀ ਨੇ ਉਹਨੂੰ ਵੀ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਉਹਦੀ ਵੀ ਲੜਾਈ ਲੜੀ ਕਿ ਇਹਨੂੰ ਤਬਾਹ ਨਾ ਕਰੋ ਉਹ ਕਾਨੂੰਨ ਵੀ ਇਹ ਕਹਿੰਦਾ ਹੈ ਸ਼ਹਿਰੀਕਰਨ ਨੂੰ ਬੜਾਵਾ ਦੇਣ ਵਾਸਤੇ ਉਹਦੇ ਵਿੱਚ ਵੀ ਖੇਤੀ ਕਿਸਾਨੀ ਕਿਤੇ ਹੈ ਨਹੀਂ ਮਤਲਬ ਪ੍ਰੋਮੀਨੈਂਟ ਤੁਹਾਡਾ ਜਿਹੜਾ ਸੈਂਟਰ ਜਿੱਥੇ ਸੈਂਟਰ ਤੁਸੀਂ ਕਰ ਰਹੇ ਸੀ ਉਹ ਸ਼ਹਿਰੀਕਰਨ ਹੈ ਇਹ ਪੂਰੀ ਪਾਲਿਸੀ ਆ ਰਹੀਆਂ ਨੇ ਤੁਸੀਂ ਇਸ ਕਰਕੇ ਕਿ ਤੁਸੀਂ ਹੁਣ ਇਹ ਕਹਿ ਰਹੇ ਹੋ ਸਾਹਿਬ ਤੁਸੀਂ ਆਪਣੀ ਇੰਟਰਵਿਊ ਕਰ ਰਹੇ ਹੋ ਦੇਖੋ ਸਰ ਕਾਨੂੰਨ ਦੀ ਗੱਲ ਕਰ ਰਹੇ ਮੈਂ ਇੰਟਰਪ੍ਰੀਟੇਸ਼ਨ ਦੀ ਗੱਲ ਨਹੀਂ ਇੱਥੋਂ ਤੱਕ ਜੇ ਤੁਸੀਂ ਉਹ ਕਾਨੂੰਨ ਵਿੱਚ ਲਿਖਿਆ ਹੈ ਸ਼ਹਿਰੀਕਰਨ ਨੂੰ ਬਦਾਵਾ ਦੇਣ ਵਾਸਤੇ ਤੁਸੀਂ ਕਾਨੂੰਨ ਲੈ ਰਹੇ ਹੋ ਨਹੀਂ ਇੱਕ ਜਸਟ ਜੇ ਤੁਸੀਂ ਦੇਸ਼ ਦੇ ਵਿੱਚ ਓਵਰਆਲ ਡਿਵੈਲਪਮੈਂਟ ਕਰਨੀ ਹੈਗੀ ਹੈ ਤੁਹਾਨੂੰ ਸੜਕਾਂ ਤਾਂ ਬਣਾਉਣੀਆਂ ਪੈਣਗੀਆਂ ਤੁਹਾਨੂੰ ਰੇਲਵੇ ਲਾਈਨਾਂ ਤਾਂ ਵਿਛਾਉਣੀਆਂ ਪੈਣਗੀਆਂ ਤੁਹਾਨੂੰ ਜ਼ਮੀਨ ਦੀ ਲੋੜ ਤਾਂ ਪੈਣੀ ਹੈ ਸਰ ਹਰਿਆਣੇ ਦੇ ਵਿੱਚ ਰਿਲਾਇੰਸ ਨੂੰ ਐਸੀ ਜਿਹੜੀ ਤੁਹਾਡੀ ਸਰਕਾਰ ਨੇ ਦਿੱਤਾ ਸੀ ਐਸੀ ਜਿਹੜੀ ਲੋੜ ਤਾਂ ਪੈਣੀ ਹੈ ਨਾ ਐਸੀ ਜਿਹੜੀ ਤੋਂ ਤੁਹਾਡੀ ਸਰਕਾਰ ਨੇ 25,000 acre ਜ਼ਮੀਨ ਦੇਣ ਦੀ ਗੱਲ ਕੀਤੀ ਸੀ ਸਾਡੀ ਸਰਕਾਰ ਨੇ 4 ਗੁਣਾ ਰੇਟ ਵਧਾ ਕੇ ਉਹ ਐਕਟ ਨਵਾਂ ਬਣਾਇਆ ਸਵੈ ਸਵੈ ਸਾਨੂੰ ਇਹ ਗੱਲ ਕਰ ਸਵੈ ਸਵੈ ਕੀਤਾ ਸਵੈ ਸਵੈ ਸਾਨੂੰ ਇਹ ਮੰਨਣਾ ਪਊਗਾ ਕਿ ਕਰ ਕੀਤਾ ਨਾ ਮਾੜਾ ਨਹੀਂ ਕੀਤਾ ਇਸ ਨਾਲ ਯਾਰੀਆਂ ਪਾ ਕੇ ਸਿਆਸਤ ਹੁੰਦੇ ਕਿ ਚਲਦੀ ਪਈ ਹੈ ਐਗਜ਼ੈਕਟਲੀ ਸਾਨੂੰ ਇਹ ਮੰਨਣਾ ਪਊਗਾ ਤੁਸੀਂ ਮੰਨੋ ਬੇਸਿਕ ਗੱਲ ਜਿਹੜੀ ਹੈ ਜਾਰੀ ਦੋਨਾਂ ਅਲਾਈਅੰਸਸ ਦੀ ਹੈਗੀ ਕਿਸਾਨੀ ਨਾਲ ਸਿਆਸਤ ਨੇ ਯਾਰੀ ਨਹੀਂ ਰੱਖੀ ਜੇ ਕਿਸਾਨ ਮਰਦਾ ਨਾ ਬੜੀ ਸਿੱਧੀ ਗੱਲ ਹੈ ਸਰ ਇਹ ਸਾਨੂੰ ਮੰਨਣਾ ਪਊਗਾ ਤੁਹਾਨੂੰ ਐਡਮਿਟ ਕਰਨਾ ਪਊਗਾ ਕਾਂਗਰਸ ਸਰਕਾਰ ਦੀ ਹੋਰ ਗੱਲ ਦੱਸਦੇ ਹਾਂ ਮੈਂ ਐਸਾ ਕਹਿ ਰਿਹਾ ਇੱਕ ਮਿੰਟ ਸਰ ਸਾਹਿਬ ਨੇ ਆਪਣੇ ਪਾਲਿਸੀ ਦੀ ਐਕਸ਼ਨ ਪਾਲਿਸੀ ਦੀ ਸੁਣ ਲਈ ਇੱਕ ਮਿੰਟ ਸੁਣ ਲਈਏ ਪਾਲਿਸੀ ਦੀ ਡਾਇਰੈਕਸ਼ਨ ਸਾਨੂੰ ਪ੍ਰੋ ਕਿਸਾਨ ਜਿਹੜੀ ਹੈਗੀ ਹੋਰ ਜ਼ਿਆਦਾ ਕਰਨੀ ਪਊਗੀ ਜੋ ਅਸੀਂ ਹੁਣ ਕਰਨ ਜਾ ਰਹੇ ਹਾਂ ਜੋ ਅਸੀਂ ਯਾਨੀ ਕਿ ਪਹਿਲਾਂ ਗਲਤੀਆਂ ਕੀਤੀਆਂ ਨਾ ਸਾਰਿਆਂ ਨੇ ਸਾਰੀ ਗਲਤੀਆਂ ਮੈਂ ਇਹਦੇ 'ਚ ਮੰਨਣ ਵਾਲੀ ਕਿਹੜੀ ਗੱਲ ਹੈ ਨਾ ਮਨਾ ਕਰਨ ਵਾਲੀ ਕਿਹੜੀ ਗੱਲ ਹੈ ਇਹਦੇ 'ਚ ਸਜ਼ਾ ਭੁਗਤਣਾ ਦੋ ਅੱਡ ਗੱਲਾਂ ਨੇ ਇਹ ਬਹੁਤ ਆਸਾਨ ਹੋ ਗਿਆ ਤੁਸੀਂ ਲਗਾਤਾਰ ਮੈਂ ਕਈ ਡਿਬੇਟਸ ਦੇ ਵਿੱਚ ਵੇਖ ਰਿਹਾ ਅੱਜ ਵੀ ਵੇਖਿਆ ਬੀਜੇਪੀ ਤੇ ਕਾਂਗਰਸ ਦੋਵਾਂ ਦੇ ਪ੍ਰਵਕਤਾ ਅਚਾਨਕ ਆ ਕੇ ਬੜੇ ਆਰਾਮ ਨਾਲ ਕਹਿੰਦੇ ਹਾਂ ਜੀ ਸਰਕਾਰ ਨੂੰ ਕਰਨਾ ਵੱਧ ਚਾਹੀਦਾ ਸੀ ਕੁਛ ਤਾਂ ਕਰਤਾ ਦੇਖੋ ਹੈ ਨਾ ਕੋਸ਼ਿਸ਼ ਕਰ ਰਹੇ ਹਾਂ ਕਰ ਦਿਆਂਗੇ ਇਹ ਬਹੁਤ ਆਸਾਨ ਤਰੀਕਾ ਹੈ ਪਰੰਤੂ ਸੱਚ ਹੈ ਬੀਜੇਪੀ ਦਾ ਤਾਂ ਗੱਲ ਹੀ ਕੀ ਕਰਨੀ ਉਹਨਾਂ ਨੇ ਤਾਂ ਨਾ ਹੀ ਨਹੀਂ ਲਿਆ ਨਾ ਉਹ ਤਾਂ ਗੱਲ ਕਰਨ ਯੋਗੇ ਵੀ ਹੈ ਨਹੀਂ ਕਾਂਗਰਸ ਜਿਹੜੀ ਗੱਲ ਕਰਦੀ ਹੈ ਹਰਿਆਣਾ ਦੇ ਵਿੱਚ ਰਿਲਾਇੰਸ ਨੂੰ 25,000 acre ਦੇ ਅਸੀਂ ਐਸੀਜੈਟ ਬਣਾਉਣ ਦੀ ਗੱਲ ਕੀਤੀ ਉਹਦੇ 10,000 acre ਜਦੋਂ ਹੋ ਗਿਆ ਉਹਨੂੰ ਉਹਨਾਂ ਨੇ ਬੰਡਨ ਕਰਤਾ ਸਰਕਾਰ ਨੇ ਜਿਹੜਾ ਕੋਲੈਬੋਰੇਸ਼ਨ ਕੀਤਾ ਸੀ ਉਹ ਖਤਮ ਕਰਤਾ ਹੁਣ ਕਿਉਂਕਿ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਸੀ ਜਿਵੇਂ ਐਸੀਜੈਟ ਬੰਡਨ ਕਰਦੇ ਹੋ ਇਸ ਤਰ੍ਹਾਂ DLF ਕੋਲ ਸੀਗਾ ਉਦੋਂ ਲੈਂਡ ਸੀਲਿੰਗ ਐਕਟ ਦੇ ਵਿੱਚ ਰੈਟ੍ਰੋਸਪੈਕਟਿਵਲੀ ਐਮੈਂਡਮੈਂਟ ਕਰਕੇ ਉਹਨਾਂ ਨੇ ਕਿਹਾ ਜ਼ਮੀਨ ਤੁਸੀਂ ਰੱਖ ਲਓ ਜਿਹਨੂੰ ਹਜ਼ਾਰਾਂ ਸੈਂਕੜਾ ਕਰੋੜ ਦੇ ਹਿਸਾਬ ਨਾਲ ਲੀਜ਼ ਤੇ ਉਹਨੇ ਦਿੱਤਾ ਜਿਹੜੀ 22 lakh rupees ਦੇ ਹਿਸਾਬ ਨਾਲ ਐਕਵਾਇਰ ਕਰਵਾ ਲਈ ਸੀ ਇਹ ਮਤਲਬ ਸਰਕਾਰਾਂ ਦਾ ਰੋਲ ਰਿਹਾ ਜਦੋਂ ਤੱਕ ਜਨਤਾ ਇਹਨਾਂ ਨੂੰ ਇਸ ਗੱਲ ਦੀ ਸਜ਼ਾ ਨਹੀਂ ਦਿੰਦੀ ਇਹਨਾਂ ਨੂੰ ਕੰਨ ਫੜ ਕੇ ਦੱਸਦੀ ਨਹੀਂ ਤੁਸੀਂ ਆ ਕੀਤਾ ਸੀ ਗਲਤੀ ਨੂੰ ਸਵੀਕਾਰ ਕਰੋ ਇਹ ਨਹੀਂ ਕਿ ਹਾਂਜੀ ਹੋ ਗਿਆ ਸੀ ਚਲੋ ਅੱਗੇ ਚੱਲੋ ਗੁਰਦਾਰ ਸਾਹਿਬ ਸਜ਼ਾ ਕਿਹੋ ਜੀ ਪਾਲਦੇ ਤੁਸੀਂ ਕੋਈ ਇਹੋ ਜਿਹਾ ਬਦਲ ਹੈ ਜਿਹੜਾ ਕਾਂਗਰਸ ਤੇ ਬੀਜੇਪੀ ਨੂੰ ਪਾਸੇ ਕਰ ਸਕਦਾ ਬਿਲਕੁਲ ਹੈ ਜਦੋਂ ਦੇਸ਼ ਦੀ ਜਨਤਾ ਖੜੀ ਹੁੰਦੀ ਹੈ ਤੇ ਇਹ ਜੇ ਬਦਲ ਨਹੀਂ ਇਸ ਤੋਂ ਵੱਡੇ ਬਦਲ ਕਰ ਸਕਦੀ ਹੈ ਜਿਵੇਂ ਗਿਆਨ ਸਿੰਘ ਜੀ ਨੇ ਕਿਹਾ ਜਿਵੇਂ ਇਕਨੋਮੀ ਦੇ ਵਿੱਚ ਇੰਨਾ ਮਾਦਾ ਹੈਗਾ ਕਿ ਇਸ ਤੋਂ ਵੱਡੀ ਛੂਟ ਦੇ ਸਕੇ ਲੋਕਾਂ ਦੇ ਵਿੱਚ ਤਾਂ ਉਸ ਤੋਂ ਵੀ ਵੱਡਾ ਮਾਦਾ ਹੈ ਤੇ ਜਨਤਾ ਨੂੰ ਅਲਟੀਮੇਟਲੀ ਕਰਨਾ ਹੀ ਪੈਣਾ ਹੈ
ਇਹ ਜਿਨ੍ਹਾਂ ਨੇ ਲਗਾਤਾਰ ਕਾਰਪੋਰੇਟ ਸੈਕਟਰ ਦੇ ਹਿੱਤਾਂ 'ਚ ਖੇਡ ਕੇ ਕਿਸਾਨਾਂ ਦੀ ਬਦਹਾਲੀ ਦੇ ਵਿੱਚ ਪਹੁੰਚਾਉਣ ਦਾ ਕੰਮ ਕੀਤਾ ਹੈ, ਇਹਨਾਂ ਨੂੰ ਇਹ ਸਬਕ ਸਿਖਾਉਣ ਦੀ ਲੋੜ ਹੈ। ਠੀਕ ਹੈ ਡਾਕਟਰ ਗਿਆਨ ਸਿੰਘ, ਲਾਸਟ ਕਮੈਂਟ ਤੁਹਾਡੇ ਚਾਹੀਦੇ। ਡਾਕਟਰ ਗਿਆਨ ਸਿੰਘ, ਦੋ ਸਵਾਲ ਹੈ ਮੇਰੇ, ਦੋਨਾਂ ਸਵਾਲਾਂ ਦਾ ਜਵਾਬ ਦੇ ਦਿਆ। ਇੱਕ ਤਾਂ ਹੈ ਕਿ ਜੇ ਹੁਣ ਸਰਕਾਰ ਵਾਅਦਾ ਕਰ ਰਹੀ ਹੈ ਕਿ ਅਸੀਂ ਆਹ ਚੀਜ਼ਾਂ ਕਰਨ ਜਾ ਰਹੇ ਹੈਗੇ, ਜਦੋਂ ਕਰਨਗੇ ਜ਼ਮੀਨ 'ਤੇ ਆਉਣਗੀਆਂ ਅਸੀਂ ਉਦੋਂ ਦੇਖ ਲਾਂਗੇ, ਉਦੋਂ ਤੁਹਾਡੇ ਤੋਂ ਸਵਾਲ ਵੀ ਪੁੱਛ ਲਾਂਗੇ ਕਿ ਉਹ ਸਰਕਾਰ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਦੂਜਾ ਇਹ ਨਾਲ ਕਿ ਜੇ ਵਿਰੋਧੀ ਪਾਰਟੀ ਕਾਂਗਰਸ ਜਾਂ ਇਹਨਾਂ ਦਾ ਮਹਾਗੜਚੋੜ ਆ ਜੋ ਵੀ ਹੋਂਦ ਵਿੱਚ ਆਵੇਗਾ, ਉਹ ਜੇ ਕਿਸਾਨਾਂ ਲਈ ਕੁਝ ਵਾਅਦੇ ਕਰ ਰਹੇ ਹੈਗੇ ਆ ਕਿ ਉਹਨਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਮੇਰਾ ਨਾਲ ਤੀਜਾ ਸਵਾਲ ਹੈਗਾ, 2019 ਲਈ, ਇਕੱਲੇ 2019 ਲਈ ਕਿਸਾਨਾਂ 'ਤੇ ਡਬਲ ਫੋਕਸ ਕਿਉਂ ਹੈ? ਪਹਿਲੀ ਗੱਲ ਤਾਂ ਜਿਹੜੀ ਵਿਸ਼ਵਾਸ ਕਰਨ ਵਾਲੀ ਗੱਲ ਹੈ, ਵਿਸ਼ਵਾਸ ਕਰਨਾ ਬਹੁਤ ਚੰਗਾ ਹੁੰਦਾ ਹੈ, ਪਰ ਉਹਨਾਂ ਨੇ ਵਿਸ਼ਵਾਸ ਬਣਾਇਆ ਹੀ ਨਹੀਂ ਹੈਗਾ। ਜਿੰਨਾ ਪਿਛਲੇ 71 ਸਾਲ ਦਾ ਰਗੜਿਆ ਉਹ ਵਿਸ਼ਵਾਸ ਬਣਾਇਆ ਨਹੀਂ। ਇੱਕ ਆਰਗੂਮੈਂਟ ਜਿਹੜੀ ਤੁਸੀਂ ਇਕੋਨੋਮਿਸਟ ਦੀ ਗੱਲ ਕੀਤੀ ਸੀ, ਸਾਡੇ ਕੁਛ ਇਕੋਨੋਮਿਸਟ ਜਿਹੜੇ ਬਕਾਊ ਨੇ, ਉਹ ਇੱਕ ਆਰਗੂਮੈਂਟ ਇਹ ਵੀ ਦੇ ਰਿਹਾ ਕਿ ਜੇ ਇਹਦਾ ਵਜ਼ਨ ਕਰ ਦੇਣ ਵਾਲਿਆਂ 'ਤੇ ਪਊਗਾ। ਸਾਡਾ ਕਿਸਾਨ ਤਾਂ ਲਗਾਤਾਰ ਕਰ ਦੇ ਰਿਹਾ, ਕੀਮਤ ਫਸਲਾਂ ਦੀ ਘੱਟ ਲੈ ਰਿਹਾ, ਖਾਸ ਕਰਕੇ 1991 ਤੋਂ ਜਿਹਦੀਆਂ ਨਿਊ ਇਕਨੋਮਿਕ ਪੋਲਿਸੀ ਅਪਣਾਈਆਂ ਨੇ, ਉਹਦੇ ਨਾਲ ਤਾਂ ਉਹ ਇੰਨਾ ਘੱਟ ਹੈ ਕਿ ਉਹਦਾ ਕਰ ਉਹੀ ਦੇ ਰਿਹਾ। ਡਾਇਰੈਕਟ ਟੈਕਸ ਤਾਂ ਸਾਡੇ ਬਹੁਤ ਥੋੜੇ, ਮੈਂ ਨਾਲ ਸਹਿਮਤ ਨਹੀਂ ਹੈਗਾ, ਜਿਹੜੇ ਇਕੋਨੋਮਿਸਟ ਕਿਸਾਨ ਦੀ ਹੈਲਪ ਕਰਨ ਦੇ ਖਿਲਾਫ ਨੇ, ਮੈਂ ਨਾਲ ਬਿਲਕੁਲ ਨਹੀਂ, ਮੈਂ ਜਿਹੜੀ ਗੱਲ ਕਹਿਣਾ ਉਹ ਕਰਦਾ ਦੇ ਰਿਹਾ ਹੈਗਾ। ਬਾਕੀ ਗੱਲ ਦੇਖੋ, ਮੈਂ ਜਿਹੜੀ ਗੱਲ ਕਹਿਣਾ ਇਹਦੇ ਵਾਅਦੇ 'ਤੇ ਤਾਂ ਵਿਸ਼ਵਾਸ ਹੋ ਨਹੀਂ ਸਕਦਾ, ਕਿਉਂਕਿ ਹਿਸਟਰੀ ਮਾੜੀ ਹੈ। ਜਿਹੜਾ ਕੁਛ ਕਹਿੰਦੇ ਵੀ ਅੱਗੇ ਅਸੀਂ ਕਰ ਦਾਂਗੇ, ਇਹ ਉਹ ਤਾਂ ਅਵੈਲਿਊਏਟ ਹੋਊਗਾ ਜਿਹੜੀ ਗੱਲ ਹੈਗੀ। ਅਤੇ ਦੂਜਾ ਲਾਸਟ 2019 ਲਈ ਡਬਲ ਫੋਕਸ ਕਿਉਂ ਹੈ? ਡਬਲ ਫੋਕਸ ਤਾਂ ਜਿਹੜੀ ਕਿ ਰਾਸ਼ਟਰੀ ਗਿਣਤੀ ਮਿਣਤੀ ਹੈ, ਰਾਸ਼ਟਰੀ ਗਿਣਤੀ ਗਿਣਤੀ ਮਿਣਤੀ ਹੈ, ਇਹ ਜੇ ਰਿਉੜੀਆਂ ਇਹ ਥੋੜ੍ਹੀਆਂ ਖੰਡ ਗੁੜ ਵਾਲੀਆਂ ਹੋਣਗੀਆਂ, ਕੁਛ ਪਲਾਸਟਿਕ ਦੀਆਂ ਵੀ ਹੋਣਗੀਆਂ, ਉਹ ਚੂਸੀ ਜਾਣ, ਚੂਸ ਕੇ ਆਪਦਾ ਮੂੰਹ ਖਰਾਬ। ਸਭ ਤੋਂ ਜ਼ਿਆਦਾ ਵਿਸ਼ਵਾਸ ਕਿਹਦੇ 'ਤੇ ਕਰੀਏ, ਰਾਹੁਲ ਗਾਂਧੀ 'ਤੇ ਕਰੀਏ ਜਾਂ ਮੋਦੀ ਸਾਹਿਬ 'ਤੇ ਕਰੀਏ? ਮੇਰਾ ਤਾਂ ਇੱਕੋ ਜਿਹਾ ਵਿਸ਼ਵਾਸ ਹੈ, ਉਹਨੇ ਕਿਹਾ ਨਾ ਸੌਂਗਾ ਨਾ ਸੌਣ ਦਊਂਗਾ। ਇਹ 1947 ਤੋਂ ਲੈ ਕੇ ਲਗਾਤਾਰ ਸਾਰੇ ਹੀ ਸੁੱਤੇ ਆ ਰਹੇ ਨੇ, ਹੈ ਨਾ। ਅਤੇ ਥੋੜ੍ਹੀ ਥੋੜ੍ਹੀ ਗੱਲ, ਉਹ ਤਾਂ ਇੱਕ ਵੋਟਾਂ ਲੈਣ ਵਾਲੀ ਗੱਲ ਹੈ, ਪਰ ਜਿਹੜੇ ਕਿਸਾਨ ਨੇ, ਖੇਤ ਮਜ਼ਦੂਰ ਆ, ਪੇਂਡੂ ਕਾਰੀਗਰ ਆ, ਉਹ ਜਾਗ ਪਏ ਨੇ। ਇਹ ਉਹ ਅੱਗੇ ਉਹਨਾਂ ਦਾ ਜਿਹੜਾ ਜਥੇਬੰਦੀ ਉਹਨਾਂ 'ਤੇ ਡਿਪੈਂਡ ਕਰੂਗਾ, ਉਹ ਕਿੱਧਰ ਨੂੰ ਜਾਂਦੇ। ਛੋਟੂ ਰਾਮ ਨੇ ਬਹੁਤ ਸਾਲ ਪਹਿਲਾਂ ਕਹਿਤਾ ਸੀ, ਇਹ ਕਿਸਾਨ ਤੂੰ ਬੋਲਣਾ ਸਿੱਖ ਲੈ ਔਰ ਦੁਸ਼ਮਣ ਕੋ ਪਹਿਚਾਣ ਲੈ। ਹੁਣ ਲੱਗਦਾ ਹੈ ਕਿਸਾਨ ਨੇ ਬੋਲਣਾ ਵੀ ਸਿੱਖ ਲਿਆ ਤੇ ਦੁਸ਼ਮਣ ਨੂੰ ਵੀ ਪਹਿਚਾਣਨਾ ਸਿੱਖ ਲਿਆ, ਜਿਹੜਾ ਕਾਂਗਰਸ ਤੇ ਬੀਜੇਪੀ, ਯੂਪੀਏ ਤੇ ਐਨਡੀਏ ਦੋਵੇਂ ਉਹਦੇ ਸ਼ਾਮਿਲ। ਸਰ ਛੋਟੂ ਰਾਮ ਦੀ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਗੱਲ ਤੁਸੀਂ ਇੱਥੇ ਕੋਟ ਕੀਤੀ, ਅਰਜੀਤ ਦਾ ਤੁਹਾਡਾ ਬਹੁਤ ਧੰਨਵਾਦ, ਹਰਜੀਤ ਕਰੇਵਾਲ ਤੁਹਾਡਾ ਬਹੁਤ ਧੰਨਵਾਦ, ਸੁਹਾਜ ਸਾਹਿਬ ਤੁਹਾਡਾ ਬਹੁਤ ਧੰਨਵਾਦ, ਡਾਕਟਰ ਗਿਆਨ ਸਿੰਘ ਤੁਹਾਡਾ ਬਹੁਤ ਧੰਨਵਾਦ। ਕਰਜ਼ ਮੁਕਤੀ ਦੇ ਰਾਹ ਕਿਵੇਂ ਪਵੇਗਾ ਸਾਡਾ ਮੁਲਕ, ਕਿਸਾਨਾਂ ਲਈ ਖਜ਼ਾਨਾ ਖੁੱਲ੍ਹੇਗਾ? ਜੇ ਖਜ਼ਾਨਾ ਖੁੱਲ੍ਹੇਗਾ ਤਾਂ ਇਸ ਖਜ਼ਾਨੇ ਖੁੱਲ੍ਹਣ ਦੇ ਨਾਲ ਕਿਸਾਨ ਖੁਦਕੁਸ਼ੀਆਂ ਕੀ ਬੰਦ ਹੋ ਜਾਣਗੀਆਂ? ਬਹੁਤ ਸਾਰੇ ਸਵਾਲ ਹੈਗੇ ਆ, ਇਹ ਸਿਆਸਤ ਤਾਂ 2019 ਦੀ ਗਿਣਤੀ ਮਿਣਤੀ ਕਰਦੀ ਪਈ ਹੈਗੀ ਆ, ਪਰ ਇਸ ਗਿਣਤੀ ਮਿਣਤੀ ਦੇ ਵਿੱਚ ਕਿਸਾਨ ਇਸ ਗਿਣਤੀ ਮਿਣਤੀ 'ਚੋਂ ਹਾਸਲ ਕੀ ਕਰਦਾ ਹੈਗਾ, ਸਾਡੀ ਨਜ਼ਰ ਉਸ 'ਤੇ ਹੈ। ਪਰ ਇਹ ਵੱਡੀ ਗੱਲ ਹੈ ਕਿ ਕਿਸਾਨੀ ਹੁਣ ਮੁੱਦਾ ਬਣ ਗਿਆ ਹੈਗਾ, ਜੇ ਮੁੱਦਾ ਬਣ ਗਿਆ ਹੈਗਾ ਤਾਂ ਇਸ ਮੁੱਦੇ ਦਾ ਹੱਲ ਵੀ ਨਿਕਲ ਸਕਦਾ ਹੈਗਾ। ਉਮੀਦ ਦੀ ਕਿਰਨ ਤਾਂ ਜਾਗੀ ਹੈ, ਬਹੁਤ ਧੰਨਵਾਦ।